ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕਮ। ਮੈਂ ਹਾਂ ਤੁਹਾਡਾ ਆਪਣਾ ਤਰਸੇਮ ਸਿੰਘ ਤਰਾਨਾ। ਅਸੀਂ ਅੱਜ ਪਹੁੰਚੇ ਹਾਂ ਪਿੰਡ ਗੋਦਰਪੁਰਾ। ਇੱਥੇ ਅਸੀਂ ਜਾਵਾਂਗੇ ਸੰਨ 47 ਦੀ ਵੰਡ ਦੇ ਹਵਾਲੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਜੋਗਿੰਦਰ ਸਿੰਘ ਰੰਧਾਵਾ, ਸਰਦਾਰ ਮਾਸਟਰ ਗੁਰਨਾਮ ਸਿੰਘ ਰੰਧਾਵਾ ਅਤੇ ਸਰਦਾਰ ਦੁਰਲੱਭ ਸਿੰਘ ਰੰਧਾਵਾ ਹੋਰਾਂ ਨਾਲ। ਇਹ ਪਾਕਿਸਤਾਨ ਵਾਲੇ ਪਾਸੋਂ ਸੰਨ 47 ਦੀ ਵੰਡ ਵੇਲੇ ਇੱਧਰ ਆਏ ਸਨ ਅਤੇ ਇਹ ਪਰਿਵਾਰ ਜਿਹੜਾ ਆ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਵੱਡੇ ਭਰਾ ਦਾ ਪਰਿਵਾਰ ਆ। ਇਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਸੰਨ 47 ਦੀ ਵੰਡ ਵੇਲੇ ਇਹ ਕਿਹੜੇ ਕਿਹੜੇ ਹਾਲਾਤਾਂ ਵਿੱਚੋਂ ਆਏ ਸਨ, ਲੰਘ ਕੇ ਕੀ ਇਹਨਾਂ ਨੇ ਦੇਖਿਆ, ਮੁਸ਼ਕਲਾਂ ਸਹੀਆਂ ਅਤੇ ਇਧਰਲੇ ਪਾਸੇ ਆਪਣੇ ਆਏ ਵਤਨ। ਆਓ ਚਲੀਏ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਅਸੀਂ ਪਹੁੰਚੇ ਹਾਂ ਪਿੰਡ ਗੋਦਰਪੁਰਾ ਵਿਖੇ। ਇਹ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਆ। ਇਹ ਜਿੱਥੇ ਬੜੇ ਮੋਹ ਮੁਹੱਬਤ ਵਾਲੇ ਲੋਕ ਇੱਥੇ ਵੱਸਦੇ ਆ, ਉਸ ਇਸ ਪਿੰਡ ਦਾ ਸੰਬੰਧ ਸਾਡੇ ਸਿੱਖ ਇਤਿਹਾਸ ਨਾਲ ਬੜਾ ਗੂੜਾ ਹੈਗਾ, ਕਿਉਂਕਿ 21 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਵਾਪਰਿਆ ਸੀ ਸਾਡਾ ਸਾਰਾ ਸਿੱਖ ਜਗਤ ਜਾਣਦਾ। ਉਸ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਸਾਡੇ ਸਿੱਖਾਂ ਦਾ ਵੱਡਾ ਜਥਾ ਗਿਆ, ਉੱਥੇ ਸ਼ਹੀਦੀਆਂ ਹੋਈਆਂ। ਉੱਥੋਂ ਦਾ ਜਿਹੜਾ ਹਾਕਮ ਸੀਗਾ, ਜਿਹੜਾ ਉਸ ਗੁਰਦੁਆਰੇ ਦਾ ਪ੍ਰਬੰਧ ਰਿਹਾ, ਮਹੰਤ ਨਰੈਣ ਦਾਸ, ਉਸ ਨੇ ਉਹਨਾਂ ਜਥੇ ਦੇ ਉੱਤੇ ਅੰਨੇਵਾਹ ਗੋਲੀਆਂ ਦੀ ਬਿਛਾੜ ਸ਼ੁਰੂ ਕੀਤੀ। ਉੱਥੇ ਸਿੱਖ ਸ਼ਹੀਦ ਹੋਏ, ਉਹਨਾਂ ਵਿੱਚ ਇੱਕ ਸ਼ਹੀਦ ਜਿੰਦਾ ਕਰ ਦਿੱਤਾ ਗਿਆ ਜੰਡ ਨਾਲ ਬੰਨ ਕੇ, ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ। ਲਛਮਣ ਸਿੰਘ ਧਾਰੋਵਾਲੀ ਦੇ ਵੱਡੇ ਭਰਾ ਸਨ ਸਰਦਾਰ ਊਧਮ ਸਿੰਘ, ਉਹਨਾਂ ਤੋਂ ਛੋਟੇ ਸਰਦਾਰ ਹਾਕਮ ਸਿੰਘ, ਉਹਨਾਂ ਤੋਂ ਛੋਟੇ ਸਰਦਾਰ ਮੂਲਾ ਸਿੰਘ ਅਤੇ ਸਭ ਤੋਂ ਛੋਟੇ ਭਾਈ ਸ਼ਹੀਦ ਭਾਈ ਲਛਮਣ ਸਿੰਘ ਜੀ। ਜਿਸ ਪਰਿਵਾਰ ਦੇ ਕੋਲ ਅੱਜ ਬੈਠੇ ਹਾਂ, ਇਹ ਉਹਨਾਂ ਦੇ ਵੱਡੇ ਭਰਾ ਸਰਦਾਰ ਊਧਮ ਸਿੰਘ ਦਾ ਪਰਿਵਾਰ ਆ ਅਤੇ ਹਾਕਮ ਸਿੰਘ ਦਾ ਪਰਿਵਾਰ ਆ। ਇਹਨਾਂ ਇਹ ਉਹਨਾਂ ਦੇ ਵੱਡੇ ਭਰਾ ਦੇ ਸਕੇ ਪੋਤਰੇ ਨੇ ਜਿਨ੍ਹਾਂ ਦੇ ਕੋਲ ਅੱਜ ਬੈਠੇ ਹਾਂ। ਸੰਨ 47 ਦੀ ਵੰਡ ਵੇਲੇ ਇਸ ਪਰਿਵਾਰ ਨੂੰ ਵੀ ਉੱਧਰ ਆਪਣਾ ਵੱਸਦਾ ਰਸਦਾ ਘਰ ਛੱਡ ਕੇ ਇਧਰਲੇ ਬੰਨੇ ਆਉਣਾ ਪੈ ਗਿਆ। ਸਾਰਾ ਸਿੱਖ ਜਗਤ ਜਾਣਦਾ ਕਿ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਦੀ ਸ਼ਹੀਦੀ ਜਿਹੜੀ ਆ ਉਹ ਨਨਕਾਣਾ ਸਾਹਿਬ ਦੇ ਬਿਲਕੁਲ ਐਨ ਨਜ਼ਦੀਕ ਜੰਡ ਦਾ ਦਰਖਤ ਆ, ਉਹਦੇ ਨਾਲ ਜਿੰਦਾ ਬੰਨ ਕੇ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਤੇਲ ਪਾ ਕੇ ਸਾੜ ਦਿੱਤਾ, ਸ਼ਹੀਦ ਕਰ ਦਿੱਤਾ ਗਿਆ। ਜੇ ਸ਼ਹੀਦ ਦੀ ਐਡੀ ਵੱਡੀ ਕੁਰਬਾਨੀ ਹੋਵੇ ਸਿੱਖ ਜਗਤ ਲਈ, ਆਪਣੇ ਗੁਰੂ ਧਰਮ ਸਥਾਨ ਨੂੰ ਆਜ਼ਾਦ ਕਰਵਾਉਣ ਲਈ, ਉਹਨਾਂ ਦੀ ਧਰਮ ਪਤਨੀ ਸਾਡੇ ਮਾਤਾ ਇੰਦਰ ਕੌਰ ਜੀ, ਉਹ ਵੀ ਇਸ ਪਰਿਵਾਰ ਦੇ ਨਾਲ ਆਏ ਸਨ। ਉਹਨਾਂ ਨੂੰ ਵੀ ਸੰਨ 47 ਦੀ ਚੰਦਰੀ ਵੰਡ ਵੇਲੇ ਉੱਧਰ ਆਪਣਾ ਪਿੰਡ ਧਾਰੋਵਾਲੀ ਛੱਡ ਕੇ ਬੜੇ ਦੁੱਖਾਂ ਅਤੇ ਕਸ਼ਟਾਂ ਦੇ ਨਾਲ ਇਧਰਲੇ ਪਾਸੇ ਆਉਣਾ ਪਿਆ। ਕਿਸ ਤਰ੍ਹਾਂ ਉਹ ਆਏ, ਕੀ ਕੁਝ ਵਾਪਰਿਆ ਉਹਨਾਂ ਨਾਲ, ਇਹ ਗੱਲ ਸੁਣਨੇ ਆ ਇਹਨਾਂ ਦੀ ਜ਼ੁਬਾਨੀ।
ਕਿ ਇਹ ਕਿਵੇਂ ਮਾਤਾ ਜੀ ਦੇ ਨਾਲ ਇੱਧਰ ਪਹੁੰਚੇ ਨੇ। ਤੁਹਾਡਾ ਨਾਂ ਕੀ ਜੀ? ਦੁਰਲੱਭ ਸਿੰਘ। ਦੁਰਲੱਭ ਸਿੰਘ ਜੀ, ਅਤੇ ਤੁਹਾਡੇ ਪਿਤਾ ਜੀ ਦਾ ਨਾਂ? ਖਜਾਨ ਸਿੰਘ। ਅਤੇ ਉਹਨਾਂ ਦੇ ਪਿਤਾ ਜੀ ਨਾਂ? ਹਾਕਮ ਸਿੰਘ, ਸਰਦਾਰ ਹਾਕਮ ਸਿੰਘ ਜੀ, ਜਿਹੜੇ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਸਕੇ ਭਰਾ ਸਨ। ਅੱਛਾ ਜੀ, ਇਹ ਜਦੋਂ ਸੰਨ 47 ਦੀ ਵੰਡ ਦੇ ਜਵਾੜੇ ਪਏ ਨੇ ਉਦੋਂ ਕਿੰਨੀ ਉਮਰ ਸੀ ਤੁਹਾਡੀ? 14-15 ਸਾਲ ਦੀ। 14-15 ਸਾਲ ਦੀ, ਇਹਦਾ ਮਤਲਬ ਤੁਹਾਨੂੰ ਸਾਰੀ ਹੋਸ਼ ਆ, ਸਾਰਾ ਪਤਾ? ਹੋਸ਼ ਆ ਸਾਰੀ। ਉੱਥੇ ਕੋਈ ਸਕੂਲੇ ਪੜ੍ਹੇ ਤੁਸੀਂ? ਹਾਂ, ਉੱਥੇ ਸਕੂਲੇ ਪੜ੍ਹਦੇ ਰਹੇ। ਇਹ ਕਿਹੜਾ ਪਿੰਡ ਸੀ ਉੱਥੇ ਤੁਹਾਡਾ? ਧਾਰੋਵਾਲੀ। ਧਾਰੋਵਾਲੀ, ਇਹ ਨੰਬਰ 33? ਹਾਂਜੀ, ਧਾਰੋਵਾਲੀ ਚੱਕ ਨੰਬਰ 33। ਚੱਕ ਨੰਬਰ 33 ਧਾਰੋਵਾਲੀ। ਇਹਦੇ ਅਲੱਗ ਅਲੱਗ ਕਿਹੜੇ ਪਿੰਡ ਪੈਂਦੇ ਸੀ? ਹੋਰ ਭਖਾਰੀਵਾਲ ਸੀ, ਕਰੀਵਾਲ ਸੀ, ਸ਼ਾਹਕੋਟ ਸੀ, ਨਿਜ਼ਾਮਪੁਰਾ ਸੀ ਇੱਕ ਪਾਸੇ। ਇਹ ਪਿੰਡ ਚਾਰ ਪਿੰਡ। ਇਹ ਲਾਗੇ ਪਿੰਡ, ਇਹ ਲਾਗੇ ਸ਼ਹਿਰ ਕਿਹੜਾ ਪੈਂਦਾ ਸੀ ਇਹਨਾਂ ਨੂੰ? ਸਾਨੂੰ ਸਾਂਗਲਾ ਹਿੱਲ ਜਾਂ ਸ਼ਾਹ ਪੈਂਦਾ ਸੀ। ਸਾਂਗਲਾ ਹਿੱਲ ਪੈਂਦਾ ਸੀ ਲਾਗੇ। ਅਤੇ ਤੁਸੀਂ ਪੜ੍ਹੇ ਉੱਥੇ ਸਕੂਲੇ? ਅਸੀਂ ਪਿੰਡ ਦੇ ਸਕੂਲੇ ਪੜ੍ਹੇ ਹਾਂ ਉੱਥੇ, ਆਪਣੇ ਪਿੰਡ ਧਾਰੋਵਾਲੀ 'ਚ। ਧਾਰੋਵਾਲੀ। ਕਿਹੜੀ ਕਲਾਸ ਤੱਕ ਪੜ੍ਹੇ ਤੁਸੀਂ? ਮੈਂ ਉੱਥੇ ਪੰਜਵੀਂ ਕਲਾਸ ਤੱਕ ਪੜ੍ਹਿਆ, ਅਤੇ 6ਵੀਂ ਕਲਾਸ ਦੇ ਵਿੱਚ ਸਾਡੇ ਇੱਕ ਬਾਹਰ ਪਿੰਡਾਂ ਦੇ ਵਿੱਚ ਕਾਹੇ ਇੱਕ ਗੁਰਦੁਆਰਾ ਸੀ, ਇੱਕ ਜਗ੍ਹਾ ਸੀ, ਉੱਥੇ ਹਾਈ ਸਕੂਲ ਸੀ, ਅਤੇ ਪਿੰਡੋਂ ਪੜ੍ਹ ਕੇ ਫਿਰ ਅਸੀਂ 5ਵੀਂ ਕਲਾਸ ਦੇ ਵਿੱਚ ਉੱਥੇ ਗਏ ਹਾਂ, ਅਤੇ ਉੱਥੇ ਸਾਲ ਭਰ ਪੜ੍ਹੇ ਹਾਂ। 6ਵੀਂ ਜਮਾਤ ਉਦੋਂ ਪੜ੍ਹਦੇ ਸੀ ਅਸੀਂ। ਪੜ੍ਹਦੇ ਜਦੋਂ ਇੱਧਰਲੇ ਬੰਨੇ ਆਉਣਾ ਪੈ ਗਿਆ, ਉਜਾੜੇ ਪਏ ਨੇ ਜਦੋਂ 47, ਉਦੋਂ ਤੁਸੀਂ 6ਵੀਂ ਜਮਾਤ ਪੜ੍ਹਦੇ ਸੀ। ਟੀਚਰ ਕਿਹੜਾ ਤੁਹਾਨੂੰ ਪੜ੍ਹਾਉਂਦਾ ਸੀ? ਕੋਈ ਕਿਸ਼ਨ ਦਾ ਕਿਸ਼ਨ ਸੀਗਾ। ਅੱਛਾ, ਇਹ ਜਿਹੜਾ ਤੁਹਾਡਾ ਪਿੰਡ ਧਾਰੋਵਾਲੀ ਸੀਗਾ, ਇਹਦੇ ਵਿੱਚ ਕਿਹੜੀ ਕਿਹੜੀਆਂ ਬਰਾਦਰੀਆਂ, ਕਿਹੜੇ ਕਿਹੜੇ ਭਾਈਚਾਰੇ ਲੋਕ ਰਹਿੰਦੇ ਸੀ? ਜ਼ਿਆਦਾਤਰ ਸਾਡੇ ਸੀਗੇ ਰੰਧਾਵੇ। ਅੱਛਾ, ਅਤੇ ਉਸ ਤੋਂ ਬਾਅਦ ਸੀਗੇ ਆਪਣੇ ਭਾਮੀਏ ਅਤੇ ਗਰਾਏ। ਬਸ ਇਹੋ ਤਿੰਨ ਹੈ ਸੀ ਬਰਾਦਰੀ ਸਾਰੀ। ਮੁਸਲਮਾਨ ਭਾਈਚਾਰੇ ਦੇ ਲੋਕ ਵੀ ਇੱਥੇ ਕੋਈ ਵਾਹੀ ਖੇਤੀ ਕਰਦੇ ਸੀ ਜਾਂ ਕੀ ਕਰਦੇ ਸੀ ਉਹ? ਨਹੀਂ, ਉਹ ਸਾਡੇ ਸਿਰਫ ਕੰਮੀ ਸੀਗੇ, ਜਿਹੜੇ ਕੋਈ ਮੋਚੀ ਸੀਗੇ, ਕੋਈ ਤੇਲੀ ਸੀ, ਅਤੇ ਹੋਰ ਸਾਡੇ ਕੋਈ ਨਾਂ ਯਾਦ ਨਹੀਂ ਉਹਨਾਂ ਦੇ? ਕੋਈ ਨਾਂ ਯਾਦ ਨਹੀਂ, ਹੁਣ ਭੁੱਲ ਗਏ ਨੇ, ਹੁਣ ਬੜੀ ਉਮਰ ਦੇ ਲਿਆ। ਚਲੋ ਕੋਈ ਗੱਲ ਨਹੀਂ। ਅੱਛਾ, ਇਹ ਦੱਸਿਓ ਕਿ ਜਿਹੜਾ ਖੇਤੀਬਾੜੀ ਦਾ ਮੇਨ ਕੰਮ ਸੀ ਉਹ ਕਿਹਨਾਂ ਦਾ ਸੀਗਾ? ਉਹ ਜੱਟਾਂ ਦਾ ਹੀ ਸੀ ਸਾਰਾ। ਆਪਣੇ ਤੁਹਾਡੇ ਵੱਲੋਂ? ਆਪਣੇ ਜੱਟਾਂ ਦੇ। ਅਤੇ ਜਿਹੜੇ ਹੈਗੇ ਸੀਗੇ ਉਹ ਅਲੱਗ ਅਲੱਗ ਪਿੰਡ ਜਿਹੜੇ ਸੀ, ਉਹਨਾਂ 'ਚ ਕੋਈ ਆਬਾਦੀ ਕਿਹੜੀ ਜ਼ਿਆਦਾ ਸੀ? ਉਹਨਾਂ 'ਚ ਜ਼ਿਆਦਾ ਮੁਸਲਮਾਨ ਸੀ। ਕਿਹੜੇ ਕਿਹੜੇ ਪਿੰਡ ਸੀ ਜਿੰਨਾ 'ਚ ਜ਼ਿਆਦਾ? ਭਖਾਰੀਵਾਲ ਸੀ, ਕਰੀਵਾਲ, ਇਹ ਮੁਸਲਮਾਨ ਦੇ ਪਿੰਡ ਸੀਗੇ, ਅਤੇ ਸ਼ਾਹਕੋਟ ਸੀ ਜਿਹੜਾ ਉਹ 'ਚ ਤਾਂ ਮਿਕਸ ਹੀ ਸੀਗੇ, ਅਤੇ ਨਿਜ਼ਾਮਪੁਰਾ ਜਿਹੜਾ ਉਹ ਸਿੱਖਾਂ ਦਾ ਸੀ। ਉਦੋਂ ਤੁਹਾਡੇ ਕੁਦਰਤੀ ਗੱਲ ਹੈ ਕਿ ਅਲੱਗ ਅਲੱਗ ਪਿੰਡ ਤੁਸੀਂ ਦੱਸ ਰਹੇ ਹੋ ਕਿ ਮੁਸਲਮਾਨ ਦੇ ਪਿੰਡ ਸੀਗੇ, ਭਾਈਚਾਰੇ ਦੇ ਲੋਕ ਸੀਗੇ, ਅਤੇ ਕੋਈ ਆਉਣ ਜਾਣ ਤੁਹਾਡੇ ਪਰਿਵਾਰਾਂ ਦਾ ਕੋਈ ਮਿਲਣ ਵਰਤਣ ਸੀਗਾ ਉਹਨਾਂ ਦਾ ਕਿਸੇ ਨਾਲ? ਨਹੀਂ, ਇਹਨਾਂ ਖਾਸ ਕਿਸੇ ਨਾਲ ਹੈ ਨਹੀਂ ਸੀ ਮਿਲਣ ਵਰਤਣ ਦਾ। ਜਿਹੜੇ ਤੁਹਾਡੇ ਪਿੰਡ ਦੇ ਰਹਿੰਦੇ ਸੀਗੇ ਉਹ ਪਿੰਡ ਦਾ ਕੰਮ ਧੰਦਾ ਕਰਨ ਵਾਲੇ ਲੋਕ, ਮੁਸਲਮਾਨ ਭਾਈਚਾਰੇ ਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ, ਉਹਨਾਂ ਦਾ ਤੁਹਾਡਾ ਕਿੱਦਾਂ ਆਪਸੀ ਸੰਬੰਧ ਸੀ? ਕੋਈ ਵਖਰੇਵਾਂ ਸੀ? ਨਹੀਂ, ਉਹਨਾਂ ਦਾ ਕੋਈ ਵਖਰੇਵਾਂ ਨਹੀਂ ਸੀ, ਉਹ ਬੜੇ ਨਾਲ ਮਿਲ ਕੇ ਰਹਿੰਦੇ ਸੀਗੇ, ਅਤੇ ਚੰਗੇ ਸੀਗੇ ਉਹ। ਉਹਨਾਂ 'ਚੋਂ ਇੱਕ ਤੇਲੀ ਸੀ ਮੁੰਡਾ, ਘੁਲਦਾ ਵੀ ਹੁੰਦਾ ਸੀ, ਕਬੱਡੀ ਖੇਡਦਾ ਹੁੰਦਾ ਸੀ, ਅਤੇ ਨਾਂ ਤਾਂ ਮੈਨੂੰ ਭੁੱਲ ਗਿਆ ਉਹਦਾ, ਹੁਣ ਬੜਾ ਚਿਰ ਹੋ ਗਿਆ, ਯਾਦ ਦੱਸਦੇ ਨਹੀਂ। ਅਤੇ ਉਹ ਬਾਕੀ ਚੰਗੇ ਸੀ, ਬੜਾ ਸੋਹਣਾ ਪਿੰਡ ਵੱਸਦਾ ਸੀਗਾ। ਕੋਈ ਵਖਰੇਵਾਂ ਨਹੀਂ ਸੀ ਭਾਈ ਪਿੰਡ ਦੇ ਵਿੱਚ? ਕੋਈ ਵਖਰੇਵਾਂ ਨਹੀਂ ਸੀਗਾ, ਦੁੱਖ ਸੁੱਖ ਦੇ ਵਿੱਚ ਇਕੱਠੇ ਹੋਣ ਵਾਲੀ ਗੱਲ ਸੀ। ਬਿਲਕੁਲ, ਸਾਰੇ ਇਕੱਠੇ ਹੁੰਦੇ ਸੀ। ਅਤੇ ਇਹ ਜਦੋਂ ਉਜਾੜੇ ਪਏ ਨੇ ਉਦੋਂ ਫਿਰ ਕੀ ਕੁਝ ਕੀ ਵਾਪਰ ਗਿਆ ਇੱਕਦਮ, ਜਿਹੜਾ ਇਹ ਗੱਲ ਹੋ ਗਈ, ਜਿਹੜਾ ਇੱਕਦਮ ਸ਼ੁਰੂ ਇੱਦਾਂ ਹੋ ਗਿਆ, ਘੱਟਵੱਟ ਹੋ ਗਈ? ਇਹ ਇਸ ਤਰ੍ਹਾਂ ਹੋਈ ਵੀ ਜਦੋਂ ਇਹ ਵੰਡ ਹੋਈ ਆ, ਪਹਿਲਾਂ ਤਾਂ ਸਾਡਾ ਪਿੰਡ ਉੱਠਿਆ ਨਹੀਂ ਸੀ, ਆਉਂਦੇ ਸੀ ਵੀ ਵੰਡ ਹੋ ਗਈ ਆ, ਇਹ ਥੋੜ੍ਹਾ ਵੀ ਅਸੀਂ ਇੱਧਰ ਉੱਧਰ ਚਲੇ ਜਾਵਾਂਗੇ, ਅਸੀਂ ਤਾਂ ਰਹਿਣਾ ਤਾਂ ਇੱਥੇ ਹੀ ਆ, ਸਰਕਾਰਾਂ ਬਣ ਜਾਣਗੀਆਂ ਇੱਧਰ ਉੱਧਰ। ਫਿਰ ਜਦੋਂ ਸਾਡੇ ਪਿੰਡ ਦਾ ਇੱਕ ਬੰਦਾ ਸਹੁਰੇ ਗਿਆ ਸੀ ਆਪਣੇ, ਅਤੇ ਉਹ ਆਪਣੀ ਲੜਕੀ ਨੂੰ ਲੈਣ ਵਾਸਤੇ, ਉਹਦਾ ਕੋਈ ਨਾਂ ਯਾਦ ਜੀ? ਨਾਂ ਉਹਦਾ ਮੈਨੂੰ ਯਾਦ ਨਹੀਂ। ਅੱਛਾ, ਉਹ ਜਦੋਂ ਪੁਲ 'ਤੇ ਆਇਆ, ਨਹਿਰ ਦੇ ਪੁਲ 'ਤੇ ਆਇਆ, ਕਿਹੜੀ ਨਹਿਰ ਸੀ? ਵੱਡੀ ਨਹਿਰ ਸੀਗੀ ਇੱਕ, ਆਪਣੇ ਭਾਈ ਸ਼ਾਇਦ ਲੋਹ ਬਾਰੀ ਦੁਆਬ ਆਉਂਦੇ ਸੀ ਉਹਨੂੰ, ਅਤੇ ਉਹ ਨਹਿਰ ਦੇ ਉੱਤੇ ਪੁਲ ਸੀ ਪਹਿਲਾਂ ਸਾਡੇ ਪਿੰਡ ਦਾ, ਉੱਥੇ ਪਹਿਰਾ ਹੁੰਦਾ ਸੀ, ਅਤੇ ਉਸ ਦਿਨ ਪਹਿਰਾ ਸਾਡੇ ਪਿੰਡ ਦਾ ਨਹੀਂ ਸੀ, ਅਤੇ ਜਦੋਂ ਉਹ ਉੱਥੇ ਆਇਆ ਘੋੜੀ 'ਤੇ, ਉੱਥੋਂ ਫਿਰ ਮੁਸਲਮਾਨਾਂ ਦਾ ਪਹਿਰਾ ਸੀ, ਉਹਨਾਂ ਫੜ ਕੇ ਅਤੇ ਉਹਨੂੰ ਲਾ ਲਿਆ ਘੋੜੀ ਤੋਂ। 47-15 ਅਗਸਤ ਲੱਗ ਸਕੇ ਦੀ ਗੱਲ ਹੈ? ਹਾਂਜੀ। ਅੱਛਾ ਜੀ, ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਲਾ ਲਿਆ ਅਤੇ ਉਹਦੇ ਸੂਆ ਮਾਰ ਕੇ ਉਹਦੇ ਛਾਤੀ ਦੇ ਵਿੱਚ, ਅਤੇ ਉਹਨੂੰ ਮਾਰਿਆ। ਜਿਹਨੂੰ ਮਾਰਿਆ ਉਹਦਾ ਨਾਂ ਯਾਦ ਆ? ਨਹੀਂ, ਉਹਦਾ ਨਾਂ ਨਹੀਂ ਯਾਦ ਆਉਣ ਡਿਆ। ਤੁਹਾਡਾ ਆਪਣਾ ਬੰਦਾ ਸੀ? ਆਪਣਾ ਬੰਦੇ ਸੀ, ਸਾਡੇ ਪਿੰਡ ਦਾ ਹੀ ਸੀਗਾ ਉਹ।
ਤੇ ਉਹ ਫਿਰ ਜਦੋਂ ਪਿੰਡ ਨੂੰ ਪਤਾ ਲੱਗਾ ਸਾਰਾ ਪਿੰਡ ਗਿਆ, ਮੈਂ ਵੀ ਗਿਆ ਸਾਂ, ਮੈਂ ਵੀ ਉਹਦੇ ਛਾਤੀ 'ਚ ਜਿਹੜਾ ਸੁਰਾਖ ਸੀਗਾ ਉਹ ਮੈਂ ਵੇਖਿਆ, ਸੂਏ ਦਾ ਸੁਰਾਖ ਸੀ ਇੱਕ ਛਾਤੀ ਦੇ ਉੱਤੇ ਹੀ, ਉਸੇ ਨਾਲ ਉਹਦੀ ਮੌਤ ਹੋ ਗਈ ਸੀ। ਅਤੇ ਪਹਿਲਾਂ ਉਹ ਕਾਫੀ ਤੜਫਦਾ ਰਿਹਾ ਇੱਧਰ ਉੱਧਰ, ਆਪਣਾ ਬਚਾਅ ਕਰਦਾ ਰਿਹਾ, ਪਰ ਨਹੀਂ ਉਹ ਬੰਦੇ ਜ਼ਿਆਦਾ ਸੀ, ਉਹਨਾਂ ਫੜ ਕੇ ਸੂਆ ਮਾਰ ਕੇ ਅਤੇ ਖਤਮ ਕਰ ਦਿੱਤਾ। ਅਤੇ ਉਸ ਤੋਂ ਬਾਅਦ ਜਦੋਂ ਪਿੰਡ ਨੂੰ ਪਤਾ ਲੱਗਾ ਤਾਂ ਪਿੰਡ ਸਾਰਾ ਗਿਆ ਜਾ ਕੇ, ਉੱਥੋਂ ਫਿਰ ਉਹ ਲਾਸ਼ ਲੈ ਕੇ ਆਏ ਨੇ, ਲਾਸ਼ ਫਿਰ ਘਰ ਪਿੰਡ ਨਹੀਂ ਖੜੀ, ਬਾਹਰ ਹੀ ਸ਼ਮਸ਼ਾਨ ਘਾਟ ਸੀ ਬਾਹਰ ਉਸੇ ਪਾਸੇ ਹੀ, ਲਿਆ ਕੇ ਸਿੱਧੇ ਉੱਥੇ ਲਿਆ ਕੇ ਅਤੇ ਉਹਦਾ ਉੱਥੇ ਸੰਸਕਾਰ ਕੀਤਾ। ਦਿਨ ਡੁੱਬ ਗਿਆ ਸੀ, ਉਦੋਂ ਹੀ ਫਿਰ ਸਾਡੇ ਪਿੰਡ ਨੇ ਐਲਾਨ ਕੀਤਾ ਸਾਰਿਆਂ ਨੇ ਵੀ ਹੁਣ ਤੁਸੀਂ ਆਪਣੇ ਆਪੇ ਗੱਡੇ ਜੋ ਜਿਹੜਾ ਜ਼ਰੂਰੀ ਸਮਾਨ ਹੈ ਉਹ ਗੱਡਿਆਂ 'ਤੇ ਲੱਦ ਲਓ ਅਤੇ ਬਾਹਰ ਰੋਡ ਦੇ ਵਿੱਚ ਖੜ੍ਹੇ ਕਰੋ ਜਾ ਕੇ। ਜਦੋਂ ਤੁਸੀਂ ਇਹ ਫਿਰ ਪਿੰਡ ਛੱਡਣ ਦਾ ਬਣਾ ਲਿਆ, ਤੁਹਾਡਾ ਮਨ ਬਣ ਗਿਆ, ਸਾਰੇ ਪਿੰਡ ਵਾਸੀ ਇਕੱਠੇ ਕਰ ਲਏ, ਅਤੇ ਫਿਰ ਕੋਈ ਇਹੋ ਜਿਹਾ ਤੁਹਾਡੇ ਪਿੰਡ ਦੇ ਮੁਸਲਮਾਨ ਭਾਈਚਾਰੇ ਲੋਕ ਸੀ, ਉਹਨਾਂ ਕਿਹਾ ਨਹੀਂ ਵੀ ਤੁਸੀਂ ਨਾ ਜਾਓ ਅਸੀਂ ਤੁਹਾਡੀ ਕਰ? ਨਹੀਂ, ਉਹਨਾਂ ਕੁਛ ਨਹੀਂ ਕਿਹਾ, ਉਹਨਾਂ ਨੇ ਕੁਛ ਨਹੀਂ ਕਿਹਾ। ਉੱਥੋਂ ਫਿਰ ਜਦੋਂ ਅਸੀਂ ਸਾਡਾ ਜਦੋਂ ਪਿੰਡ ਫਿਰ ਨਿਕਲਿਆ ਨਾ ਬਾਹਰ ਗੱਡੇ ਜੋ ਕੇ ਨਿਕਲ ਗਏ ਆ। ਕਿੰਨੇ ਵਜੇ ਨਿਕਲੇ ਤੁਸੀਂ? ਅਸੀਂ ਤਕਰੀਬਨ ਵਾਹਵਾ ਇੰਨਾ ਹਨੇਰਾ ਹੋ ਗਿਆ ਸੀ, ਕੋਈ 7-8 ਦਾ ਟਾਈਮ ਹੋਏਗਾ, ਰਾਤ ਦਾ ਹੀ। ਅਤੇ ਅਸੀਂ ਕੀ ਕੀਤਾ, ਸਾਡੇ ਪਿੰਡ ਨੇ ਬਾਹਰ ਨਿਕਲ ਕੇ ਅਤੇ ਸਾਰੇ ਪਿੰਡ ਨੂੰ ਅੱਗ ਲਾ ਦਿੱਤੀ ਸੀ। ਆਪੇ ਬੜਾ ਔਖਾ ਕੰਮ ਹੋਊਗਾ ਇਹ, ਆਪਣੇ ਹੱਥੀਂ ਜਿੱਥੇ ਆਪਣੇ ਵੜਕਿਆਂ ਦਾ ਜਨਮ ਹੋਇਆ ਹੋਵੇ, ਜਿੱਥੇ ਆਪਣਾ ਪਾਲਣ ਪੋਸ਼ਣ ਹੋਈ ਹੋਵੇ, ਰਿਹਾਇਸ਼ ਹੋਵੇ, 100 ਘਰਾਂ ਦੇ ਵਿੱਚ ਸਮਾਨ ਪਏ ਹੁੰਦੇ ਨੇ, ਵਸਦਾ ਰਸਦਾ ਘਰ ਸੀਗਾ, ਉਹ ਆਪਣੇ ਹੱਥੀਂ ਅੱਗ ਲਾ ਦੇਣੀ ਉਹਨੂੰ। ਬੜਾ ਦੁਖਾਂਤ ਸੀ ਉਸ ਵੇ ਜਦੋਂ ਅੱਗ ਲਾਈ ਆ, ਫਿਰ ਬੜਾ ਬੜਾ ਸਮਾਨ ਸੀ ਘਰਾਂ ਦੇ ਵਿੱਚ, ਅਤੇ ਮਜਬੂਰੀ ਹਾਲਤ ਫਿਰ ਆਖਣ ਲੱਗੇ ਵੀ ਮੁਸਲਮਾਨਾਂ ਬਾਅਦ 'ਚ ਸਾਹਮਣਾ ਅਤੇ ਇਹਨੂੰ ਅੱਗ ਲਾ ਦਿਓ, ਅਤੇ ਸਾਰੇ ਪਿੰਡ ਨੂੰ ਅੱਗ ਲਾਈ ਆ ਅਤੇ ਫਿਰ ਬਾਹਰ ਨਿਕਲ ਗਏ ਹਾਂ। ਜਦੋਂ ਸਾਰਾ ਪਿੰਡ ਗਾਂਹ ਤੁਰ ਪਿਆ ਅਤੇ ਮਗਰੋਂ ਉੱਥੇ ਦੂਸਰੇ ਪਿੰਡਾਂ ਦੇ ਮੁਸਲਮਾਨ ਪਏ ਨੇ ਅਤੇ ਉਹਨਾਂ ਅੱਗ ਉੱਗ ਬੁਝਾ ਕੇ ਅਤੇ ਲੁੱਟ ਮਾਰ ਕੀਤੀ ਆ ਅਤੇ ਸਮਾਨ ਸਮੂਨ ਲੈ ਕੇ ਗਏ ਨੇ। ਜਦੋਂ ਅਸੀਂ ਅੱਗੇ ਨਿਜ਼ਾਮਪੁਰ ਤੱਕ ਗਏ ਹਾਂ ਅਤੇ ਉਦੋਂ ਕੁਛ ਮੁਸਲਮਾਨਾਂ ਸਾਨੂੰ ਲੁੱਟਣ ਵਾਸਤੇ ਪਏ ਨੇ ਅਤੇ ਹਾਂ ਅੱਛਾ ਉਹ ਜਦੋਂ ਪਿਆ ਅਤੇ ਸਾਡੇ ਪਿੰਡ ਦੇ ਜਿਹੜੇ ਹਥਿਆਰ ਸੀਗੇ ਬੰਦਿਆਂ ਕੋਲ ਉਹ ਕਾਫਲੇ ਦੇ ਨਾਲ ਨਾਲ ਦੋਵੇਂ ਪਾਸੇ ਤੁਰੇ ਜਾਂਦੇ ਸੀ ਅਤੇ ਉਹਨਾਂ ਜਦੋਂ ਵੇਖਿਆ ਵੀ ਮੁਸਲਮਾਨ ਪਏ ਨੇ ਉਹਨਾਂ ਫਿਰ ਫੈਰ ਕੀਤੇ। ਜਦੋਂ ਉਹਨਾਂ ਫੈਰ ਕੀਤੇ ਫੈਰ ਵੇਖ ਕੇ ਅਤੇ ਫਿਰ ਮੁਸਲਮਾਨ ਜਿਹੜੇ ਉੱਥੇ ਦੌੜ ਗਏ ਫਿਰ ਨਹੀਂ ਆਏ। ਜਿਹੜਾ ਜੋ ਤੁਸੀਂ ਘਰੋਂ ਤੁਰੇ ਹੋ ਉੱਥੋਂ ਫਿਰ ਕੀ ਸਮਾਨ ਗੱਡੇ 'ਤੇ ਲੱਦਿਆ ਤੁਸੀਂ? ਕੋਈ ਜ਼ਰੂਰੀ ਸਮਾਨ, ਕੱਪੜੇ ਕੁੱਪੜੇ ਜਾਂ ਕੋਈ ਖਾਣ ਵਾਲੇ ਆਪਣੇ ਆਟਾ ਦਾਣਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ ਉਹ ਨਾਲ ਲਈਆਂ ਨੇ। ਅੱਛਾ ਇਹ ਹੁਣ ਦੱਸੋ ਕਿ ਮਾਤਾ ਜੀ ਜਿਹੜੇ ਸਨ, ਮਾਤਾ ਜੀ ਇੰਦਰ ਕੌਰ ਜੀ, ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਜਿਹੜੇ ਧਰਮ ਪਤਨੀ ਸਨ, ਉਹ ਉਦੋਂ ਕਿੱਥੇ ਸਨ ਉਸ ਟਾਈਮ? ਉਦੋਂ ਉੱਥੋਂ ਘਰੋਂ ਫਿਰ ਨਾਲ ਹੀ ਇਹਨਾਂ ਆਏ ਨੇ, ਤੁਹਾਡੇ ਨਾਲ ਹੀ ਆਏ? ਤਾਇਆ ਜੀ ਸਾਧੂ ਸਿੰਘ ਸੀ ਇਹਨਾਂ ਆਪਣੇ ਮਾਸਟਰਾਂ ਦੇ ਪਿਤਾ ਜੀ। ਅੱਛਾ ਜੀ। ਅਤੇ ਉਹਨਾਂ ਦੇ ਨਾਲ ਹੀ ਫਿਰ ਉਹ ਆਏ ਨੇ, ਤੁਹਾਡੇ ਘਰ ਇਕੱਠੇ ਸੀਗੇ ਉੱਥੇ? ਇਕੱਠੇ ਹੀ ਘਰ ਤੇ ਉਹ ਮਾਤਾ ਜੀ ਤੁਹਾਡੇ ਕੋਲ ਹੀ ਸਨ? ਹਾਂਜੀ। ਅੱਛਾ ਜੀ। ਕਿਉਂ ਇਹਨਾਂ ਦੇ ਘਰ ਆਸ ਪਾਸੇ ਸੀ ਅਤੇ ਪਿੱਠਾਂ ਜੋੜਦੀਆਂ ਸੀ, ਸਾਡੇ ਘਰ ਆਸ ਪਾਸੇ ਸੀ, ਪਿੱਠਾਂ ਜੋੜਦੀਆਂ ਸੀ ਨਾਲ। ਅਤੇ ਮਾਤਾ ਜੀ ਦੇ ਗੋਦ 'ਚ ਖੇਡਣ ਦਾ ਤੁਹਾਨੂੰ ਮੌਕਾ ਮਿਲਿਆ ਹੋਵੇਗਾ? ਜਾਈਦਾ ਸੀ, ਗੱਲਾਂ ਬਾਤਾਂ ਕਰੀਦੀਆਂ ਸੀ, ਬੜੇ ਖੁਸ਼ ਹੁੰਦੇ ਸੀ ਜਦੋਂ ਖੇਡਣ ਖੁੱਡਣ ਜਾਈਦਾ ਸੀ ਅਤੇ ਮਾਤਾ ਜੀ ਨੇ ਆਪ ਉਹਨਾਂ ਨੇ ਹਾਂ ਬੜਾ ਪਿਆਰ ਕਰਦੇ ਸੀ ਜਦੋਂ ਜਾਈਦਾ ਸੀ। ਕਿਉਂ ਮਾਤਾ ਜੀ ਦਾ ਆਪਣਾ ਬੱਚਾ ਸੀ ਅਤੇ ਕੋਈ ਨਹੀਂ ਸੀਗਾ? ਆਪਣਾ ਕੋਈ ਨਹੀਂ। ਅਤੇ ਇਸ ਜਿਹੜੇ ਤੁਹਾਡੇ ਤੁਸੀਂ ਪੋਤਰੇ ਸੀ ਉਹਨਾਂ ਲੱਗਦੇ? ਪੋਤਰੇ ਲੱਗਦੇ। ਪਰ ਇਸ ਵਾਰੇ ਤੁਸੀਂ ਆਪਣੇ ਬੱਚੇ, ਤੁਹਾਨੂੰ ਬੱਚੇ ਆਪਣੇ ਸਮਝਦੇ ਸੀ? ਆਪਣੇ ਠੀਕ ਹੈ। ਅਤੇ ਜਦੋਂ ਨਿਕਲੇ ਨੇ ਉਹ ਵੀ ਤੁਹਾਡੇ ਨਾਲ ਹੀ ਮਾਤਾ ਜੀ ਤੁਰੇ ਨੇ? ਨਾਲ ਹੀ ਆਏ ਨੇ। ਅੱਛਾ ਜੀ। ਇਹੋ ਗੱਡਿਆਂ ਤੋਂ ਕੋਈ ਅੱਗੇ ਕੋਈ ਪਿੱਛੇ ਕੋਈ ਨਾਲ ਇਹਨਾਂ ਦੇ ਅਤੇ ਉਹ ਇਹਨਾਂ ਦੇ ਤਾਇਆ ਜੀ ਦੇ ਨਾਲ ਗੱਡੇ 'ਤੇ ਨਾਲ ਤੁਰੇ ਆਏ ਨੇ, ਉਦੋਂ ਸਿਹਤ ਚੰਗੀ ਸੀ, ਤੁਰੇ ਆਏ ਨੇ ਬੜੇ ਵਧੀਆ। ਅੱਛਾ ਜੀ। ਅਤੇ ਮੁੜ ਕੇ ਫਿਰ ਕੀ ਹੋਇਆ ਜੇ ਤੁਸੀਂ ਇੱਥੇ ਆ ਗਏ? ਫਿਰ ਦਿਨ ਕਿੱਥੇ ਚੜ੍ਹੇ ਆਣਗੇ ਤੁਹਾਨੂੰ? ਦਿਨ ਸ਼ਾਮ ਨੂੰ ਅਸੀਂ ਆ ਗਏ ਅਤੇ ਸਵੇਰੇ ਉੱਥੇ ਸ਼ਾਹੋਵਾਲ ਪਿੰਡ ਆ, ਉੱਥੇ ਜਿਸ ਵੇਲੇ ਸ਼ਾਮ ਨੂੰ ਪਹੁੰਚਦੇ ਹਾਂ, ਸ਼ਾਮ ਨੂੰ ਉੱਥੇ ਪਹੁੰਚੇ ਹਾਂ ਅਤੇ ਉਹ ਪਿੰਡ ਦੇ ਵਿੱਚ ਅੱਗੇ ਮੋਰਚਾ ਲੱਗਾ ਸੀ ਮੁਸਲਮਾਨਾਂ ਦੇ ਨਾਲ, ਮੁਕਾਬਲਾ ਹੋਣ ਡਿਆ ਸੀ। ਅੱਛਾ। ਅਤੇ ਉਹਨਾਂ ਜਦੋਂ ਅਸੀਂ ਉੱਥੇ ਪਹੁੰਚੇ ਅਤੇ ਉਹ ਪਿੰਡ ਦੇ ਆਖਣ ਲੱਗੇ ਵੀ ਜਿਹਦੇ ਕੋਲ ਸਮਾਨ ਹੈਗਾ ਆ, ਕੋਈ ਰਾਈਫਲ ਹੈਗੀ ਆ, ਹਥਿਆਰ ਆ ਗਿਆ ਅਤੇ ਲੈ ਕੇ ਚਲੋ ਮੋਰਚਾ ਲੱਗਾ ਉੱਧਰ ਪਹੁੰਚੋ। ਕੁਝ ਮੁਸਲਮਾਨਾਂ ਦਾ ਜਥਾ ਪਿਆ ਸੀ ਇੱਕ ਪਿੰਡ ਨੂੰ ਸ਼ਾਹੋਪੁਰ ਸ਼ਾਹੋਵਾਲ ਨੂੰ, ਉੱਥੇ ਸਿੱਖ ਦੇ ਜਥੇ ਦੀ ਅਤੇ ਮੁਸਲਮਾਨਾਂ ਦੇ ਜਥੇ ਦੀ ਆਪਸੀ ਮੋਰਚਾ ਲੱਗਿਆ ਤੇ ਤੁਹਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਆਓ ਸਾਡੇ ਨਾਲ ਮੋਰਚਾ ਜਿੱਤ ਲਈਏ? ਅੱਛਾ। ਫਿਰ ਤੁਸੀਂ ਗਏ ਉੱਥੇ? ਫਿਰ ਸਾਡੇ ਪਿੰਡ ਦਾ ਇੱਕ
ਰਸਾਲਦਾਰ ਸੀ ਸੂਬੇਦਾਰ, ਕੀ ਨਾਮ ਦਾ, ਕਰਨੈਲ ਸਿੰਘ। ਅੱਛਾ, ਉਹ ਗਿਆ, ਉਹਦੇ ਕੋਲ ਰਾਈਫਲ ਹੈਗੀ ਸੀ। ਉਹਨੂੰ ਜਾ ਕੇ ਜਿਸ ਵੇਲੇ ਦੇਖਿਆ ਵੀ ਇਹ ਫੈਰ ਕਿੱਥੋਂ ਆਉਂਦਾ, ਅਤੇ ਲੋਕੇ ਉਹ ਫੈਰ ਵੇਂਦਾ ਰਿਹਾ। ਜਦੋਂ ਉਹਨੂੰ ਪਤਾ ਲੱਗਾ ਵੀ ਦਰਖਤ ਦੇ ਉੱਤੇ ਮਸਾਨ ਬਣਾਇਆ, ਉਹਨੇ ਜਗ੍ਹਾ ਬਣਾਈ ਆ, ਅਤੇ ਦਰਖਤ ਦੇ ਉੱਤੋਂ ਫੈਰ ਆਉਂਦਾ, ਉਹਨੂੰ ਫਿਰ ਨਿਸ਼ਾਨਾ ਲਾ ਕੇ ਅਤੇ ਉਹਨੂੰ ਉੱਥੇ ਮਾਰਿਆ। ਜਦੋਂ ਉਹਦੇ ਗੋਲੀ ਵੱਜ ਗਈ ਆ, ਉਹ ਡਿੱਗ ਪਿਆ। ਜਦੋਂ ਉਹ ਡਿੱਗ ਪਿਆ ਤਾਂ ਮੁਸਲਮਾਨ ਜਿਹੜੇ ਸੀ ਉਹਨੂੰ ਵੇਖ ਕੇ ਫਿਰ ਦੌੜ ਗਏ ਨੇ, ਫਿਰ ਉਹ ਮੁਸਲਮਾਨ ਸਿਰੇ ਸਾਰੇ ਦੌੜ ਗਏ ਨੇ। ਅਤੇ ਫਿਰ ਰਾਤ ਉੱਥੇ ਰਹੇ ਹਾਂ ਇਸ ਤਰ੍ਹਾਂ, ਉਹ ਪਿੰਡ 'ਚ ਅਤੇ ਪਹਿਰੇ ਲੱਗੇ ਰਹੇ ਚਾਰ, ਫਿਰ ਵੀ ਦੁਬਾਰਾ ਕੋਈ ਹਰਕਤ ਨਾ ਹੋਏ ਉੱਥੇ। ਜੇ ਤੁਸੀਂ ਤੁਰੇ ਆਉਂਦੇ ਫਿਰ ਰਸਤੇ 'ਚ ਲੰਗਰ ਪਾਣੀ ਦਾ ਕਿੱਦਾਂ ਰਿਹਾ ਫਿਰ ਕੰਮ? ਲੰਗਰ ਪਾਣੀ ਦਾ ਉੱਥੇ ਜਾਂਦਿਆਂ ਹੈ ਸੀ ਆਪਣੇ, ਉਹਨਾਂ ਪਕਾਇਆ ਸੀ ਕੁਛ ਖਾਧੇ ਸੀ, ਅਤੇ ਕੋਈ ਆਪਣਾ ਆਪ 'ਚ ਕਿਸੇ ਨੇ ਬੰਦੋਬਸਤ ਕੀਤਾ ਜਿਹੜਾ ਉਹ ਖਾਧਾ ਪੀਤਾ। ਰਾਤ ਰਹਿ ਕੇ ਫਿਰ ਰਾਤ, ਫਿਰ ਅਗਲੇ ਦਿਨ ਜਦੋਂ ਤੁਰੇ ਹਾਂ ਅਤੇ ਜਦੋਂ ਅਗਲੇ ਰਾਹ ਦੇ ਵਿੱਚ ਨਾ ਦਲਦਲ ਬੜੀ ਸੀ, ਉੱਥੋਂ ਦੀ ਸਮਾਨ ਜਾਂ ਗੱਡੇ ਗੁੱਡੇ ਨਹੀਂ ਸੀ ਲੰਘ ਸਕਦੇ। ਉਹ ਫਿਰ ਜੋ ਸਮਾਨ ਸੀ ਸਾਡੇ ਕੋਲ ਸਾਰਾ ਉੱਥੇ ਗੱਡੇ ਗੁੱਡੇ ਛੱਡ ਦਿੱਤੇ ਨੇ, ਸਿਰਫ ਜਿਹੜੇ ਅਸੀਂ ਚੁੱਕ ਸਕਦੇ ਹਾਂ ਆਪਣੇ ਆਪ। ਕੋਈ ਨਿਆਣੇ ਨੇ ਚੁੱਕ ਲਿਆ, ਕੋਈ ਖੇਸ ਚੁੱਕ ਲਿਆ, ਕਿਸੇ ਨੇ ਕੰਬਲ ਕੋਈ ਚੁੱਕ ਲਿਆ, ਇਸ ਤਰ੍ਹਾਂ ਚੁੱਕ ਕੇ ਅਤੇ ਫਿਰ ਅਸੀਂ ਉੱਥੋਂ ਨਿਕਲੇ ਹਾਂ। ਅਤੇ ਉਹ ਦਲਦਲ ਦੇ ਪਾਸੇ ਦੇ ਜਿਹੜਾ ਕੋਈ ਬੰਨਾ ਸੀ ਚੰਗਾ, ਉਹਦੇ ਵਿੱਚੋਂ ਦੀ ਨਿਕਲ ਕੇ ਅਤੇ ਉਹ ਦਲਦਲ ਦੇ ਵਿੱਚੋਂ ਗਾਂਹ ਨਿਕਲੇ ਹਾਂ। ਅਤੇ ਉੱਥੋਂ ਫਿਰ ਅਸੀਂ ਜਿਸ ਸੱਚੇ ਸੌਦੇ ਪਹੁੰਚੇ ਹਾਂ, ਅਤੇ ਸੱਚੇ ਸੌਦੇ ਪਹੁੰਚ ਕੇ ਇਹ ਸੱਚੇ ਸੌਦਾ ਗੁਰਦੁਆਰਾ ਝੂਟਕਾਣਾ ਮੰਡੀ ਜਿਹਨੂੰ ਕਹਿੰਦੇ, ਝੂਟਕਾਣਾ ਮੰਡੀ ਉਹ ਟਾਈਮ ਕਹਿੰਦੇ ਸੀ। ਹਾਂਜੀ, ਝੂਟਕਾਣਾ ਮੰਡੀ। ਅੱਛਾ ਜੀ। ਅਤੇ ਗੁਰਦੁਆਰਾ ਸੱਚਾ ਸੌਦਾ ਆ, ਅਤੇ ਪਿੰਡ ਸੀਗਾ ਝੂਟਕਾਣਾ। ਅਤੇ ਉੱਥੇ ਜਦੋਂ ਚਲੇ ਗਏ ਸਾਡੇ ਫਿਰ ਕੋਈ ਪਰਿਵਾਰ ਹੈ ਕੈਂਪ 'ਚ ਚਲੇ ਗਏ ਨੇ, ਅਤੇ ਸਾਡੀ ਉੱਥੇ ਮਾਸੀ ਸੀ, ਸਕੀ ਮਾਸੀ ਸੀ, ਅਸੀਂ ਫਿਰ ਕੁਛ ਪਰਿਵਾਰ ਅਸੀਂ ਉਹਦੇ ਘਰ ਚਲੇ ਗਏ। ਉੱਥੇ ਮਤਲਬ ਕੋਈ ਕੈਂਪ ਲੱਗਾ ਹੋਇਆ ਸੀਗਾ? ਕੈਂਪ ਲੱਗਾ ਸੀ, ਕੈਂਪ ਦੇ ਵਿੱਚ ਸੀਗਾ, ਵੱਡਾ ਕੈਂਪ। ਜਿਹੜੇ ਤੁਹਾਡੇ ਪਿੰਡ ਦੇ ਜਿਹੜੇ ਉਹ ਸ਼ਾਹਪਾਲ ਦੇ ਜਿਹੜੇ ਲੋਕ ਸੀ, ਇਕੱਠੇ ਤੁਹਾਡਾ ਜਥਾ ਬਣ ਗਿਆ ਸੀ ਤੁਹਾਡਾ ਵੱਡਾ, ਉਹ ਸਾਰੇ ਉਹ ਕੈਂਪ ਚਲੇ ਗਏ? ਉਹ ਸਾਰੇ ਕੈਂਪ। ਅਤੇ ਤੁਹਾਡੇ ਉੱਥੇ ਮਾਸੀ ਜੀ ਸੀਗੇ ਸਕੇ, ਅਤੇ ਤੁਸੀਂ ਚਲੇ ਗਏ, ਅਤੇ ਮਾਤਾ ਜੀ ਕਿੰਨਾ ਲੱਗੇ ਫਿਰ? ਅਤੇ ਮਾਤਾ ਜੀ ਇਹਨਾਂ ਦੇ ਨਾਲ ਆਪਣੇ ਤਾਇਆ ਜੀ ਦੇ ਨਾਲ ਸੀਗੇ, ਇਹ ਕੈਂਪ 'ਚ ਰਹੇ ਨੇ ਮਾਸਟਰ ਜਿਹੜੇ ਬੈਠੇ ਨਾਲ। ਹਾਂਜੀ, ਇਹਨਾਂ ਦੇ ਨਾਲ ਮਾਤਾ ਜੀ ਦੇ। ਹਾਂਜੀ। ਅੱਛਾ ਜੀ। ਫਿਰ ਅਸੀਂ ਉੱਥੇ ਕਾਫੀ ਦੇਰ ਰਹੇ ਹਾਂ। ਇੱਕ ਦਿਨ ਹੋਇਆ ਵੀ ਗੱਡੀ ਆਉਣੀ ਆ, ਅਤੇ ਉਹ ਗੱਡੀ 'ਤੇ ਚੜ੍ਹ ਕੇ ਜਾਣਾ ਪਾਕਿਸਤਾਨ। ਅੱਛਾ, ਗੱਡੀ ਆ ਰਹੀ ਹੈ ਤੁਹਾਡੇ ਲੈਣ ਵਾਸਤੇ? ਅੱਛਾ ਜੀ। ਉਹ ਅਸੀਂ ਜਿਸ ਵੇਲੇ ਸਟੇਸ਼ਨ 'ਤੇ ਗਏ ਹਾਂ, ਹੋਰ ਹੀ ਜਨਤਾ ਬੜੀ ਸਟੇਸ਼ਨ 'ਤੇ ਗਈ, ਅਤੇ ਉੱਧਰੋਂ ਲਾਲਪੁਰ ਵੱਲੋਂ ਸਾਂਗਲੇ ਵੱਲੋਂ ਗੱਡੀ ਆਉਂਦੀ ਸੀ, ਉਹਦੇ ਵਿੱਚ ਸਾਰੀ ਪਾਕਿਸਤਾਨੀ ਮਿਲਟਰੀ ਸੀ। ਉਹ ਜਦੋਂ ਲਾਗੇ ਆਈ ਆ, ਉਦੋਂ ਲਾਗੇ ਆ ਕੇ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਆ, ਅਤੇ ਉਹ ਫਾਇਰਿੰਗ ਦੇ ਨਾਲ ਬਹੁਤ ਜ਼ਿਆਦਾ ਦੁਨੀਆ ਮਰੀ ਉੱਥੇ। ਅਤੇ ਅਸੀਂ ਭੱਜ ਕੇ ਜਾ ਕੇ ਪਹਿਲਾਂ ਉਹ ਵੇਖਣ ਡੇਗੇ ਵੀ ਗੱਡੀ ਆਈ, ਗੱਡੀ ਆਈ ਵੇਖੋ। ਜਦੋਂ ਪਤਾ ਲੱਗਾ ਵੀ ਫਾਇਰ ਹੋਣ ਡੇ ਮਾਰਨ ਡੇ ਬੰਦਿਆਂ ਨੂੰ, ਅਸੀਂ ਭੱਜ ਕੇ ਆ ਕੇ ਅਤੇ ਪਿਛਾਂ ਆ ਗਏ ਹਾਂ। ਮਾਤਾ ਜੀ ਵੀ ਨਾਲ ਸੀ ਉਦੋਂ? ਮਾਤਾ ਜੀ ਨਾਲ ਸੀ ਜਦੋਂ ਇਹ ਮਤਲਬ ਕਿ ਉੱਥੇ ਚੱਲੀ ਆ। ਉਹ ਮਾਤਾ ਜੀ ਤੁਸੀਂ ਪਿੱਛੇ ਸੀਗੇ, ਬਚਾਅ ਹੋ ਗਿਆ ਤੁਹਾਡਾ ਵੀ, ਮਾਤਾ ਜੀ ਦਾ, ਸਾਰਿਆਂ ਦਾ ਬਚਾਅ ਹੋ ਗਿਆ, ਭੱਜ ਕੇ ਵਜੇ ਮਾਤਾ ਜੀ ਨਾਲ। ਅਤੇ ਉਹ ਤੁਸੀਂ ਦੇਖਿਆ ਉੱਥੇ ਉਹ ਜਦੋਂ ਗੋਲੀ ਚਲਾਈ ਉਹਨਾਂ ਨੇ, ਉਹ ਸ਼ਰਾਰਤੀ ਜਿਹੜੇ ਮਿਲਟਰੀ ਦੇ ਬੰਦੇ ਹੋਣਗੇ ਕੋਈ, ਗੱਡੀ ਦੇ ਵਿੱਚ ਹੀ ਸੀ ਨਾ ਸਾਰੇ ਹੀ ਉਹ ਵਿੱਚ ਬੈਠੇ, ਇਹ ਵੇਖਿਆ ਬੰਦੇ ਵੇਖੇ ਮਰਦੇ ਅਸੀਂ, ਅਤੇ ਸਾਨੂੰ ਕੋਈ ਟ੍ਰੇਨਿੰਗ ਦਿੱਤੀ, ਪਿੰਡ ਦੇ ਵਿੱਚ ਟ੍ਰੇਨਿੰਗ ਦਿੰਦੇ ਹੁੰਦੇ ਸੀ ਵੀ ਬਿਹਾਰ ਹੋਏ ਤਾਂ ਕੀ ਕਰਨਾ, ਕਿਸ ਤਰ੍ਹਾਂ ਮੋਰਚੇ 'ਚ ਜਾਣਾ ਜਾਂ ਕਿਸ ਤਰ੍ਹਾਂ ਲੁਕਣਾ ਆ, ਲੰਮੇ ਪੈਣਾ। ਅਤੇ ਉਹ ਮੈਂ ਉੱਥੋਂ ਜਦੋਂ ਭੱਜ ਕੇ ਆ ਕੇ, ਅਤੇ ਇੱਕ ਦਰਖਤ ਸੀ ਵਾਹਵਾ ਮੋਟਾ, ਉਹਦੇ ਮੈਂ ਪਿੱਛੇ ਆ ਕੇ ਬਹਿ ਗਿਆ। ਮੁਸਲਮਾਨਾਂ ਦੀ ਮਿਲਟਰੀ ਸੀ, ਮੁਸਲਮਾਨ ਦੇ ਜਿਹੜੇ ਸੱਚਾ ਮੁਸਲਮਾਨ ਆ ਉਹਨਾਂ ਨੇ ਬਚਾ ਕੇ ਭੇਜਿਆ ਵੀ, ਭੇਜਿਆ ਵੀ ਬਚਾ ਕੇ ਲੋਕਾਂ ਨੂੰ, ਮਦਦ ਵੀ ਕੀਤੀ। ਸ਼ਰਾਰਤੀ ਮੁਸਲਮਾਨ ਲੋਕ ਸੀਗੇ ਜਿਹੜੇ, ਜਿਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹਨਾਂ ਦਾ ਮਜ਼ਹਬ ਸਮਾਜ ਦੇ ਵਿੱਚ ਅਫਰਾ ਤਫਰੀ ਫੈਲਾਉਣੀ ਹੁੰਦੀ ਆ, ਉਹ ਲੋਕ ਸਨ। ਹਾਂਜੀ। ਅੱਛਾ, ਉਸ ਤੋਂ ਬਾਅਦ ਫਿਰ ਜਦੋਂ ਗੱਡੀ ਗਾਂਹ ਨਿਕਲ ਗਈ ਆ, ਅਤੇ ਉਹ ਫਿਰ ਹੀ ਜਿੰਨੀ ਉੱਥੇ ਜਨਤਾ ਹੋਰ ਸਾਰੇ ਸੀਗੇ, ਇਹ ਫਿਰ ਪਿਛਾਂ ਉੱਥੇ ਆਪਣੀ ਆਪਣੀ ਜਗ੍ਹਾ ਚਲੇ ਗਏ ਨੇ। ਉੱਥੇ ਫਿਰ ਦੋ ਤਿੰਨ ਦਿਨ ਰਹੇ ਹਾਂ, ਫਿਰ ਗੱਡੀ ਆਈ ਆ, ਮਾਲ ਗੱਡੀ ਸੀ, ਖੁੱਲ੍ਹੇ ਡੱਬੇ ਸੀ, ਅਤੇ ਉਹਦੇ ਵਿੱਚ ਫਿਰ ਅਸੀਂ ਬੈਠ ਕੇ ਅਤੇ ਸਾਰੇ ਆਏ ਹਾਂ। ਅਤੇ ਮਾਤਾ ਜੀ ਵੀ ਉਸਦੇ ਵਿੱਚ ਖੁੱਲ੍ਹੇ ਡੱਬੇ ਦੇ ਵਿੱਚ ਤਾਂ ਉੱਚੇ ਚੜ੍ਹ ਕੇ ਬੈਠੇ? ਖੁੱਲ੍ਹੇ ਡੱਬੇ 'ਚ ਬੈਠੇ ਨੇ। ਅਤੇ ਜਿਸ ਵੇਲੇ ਉੱਥੋਂ ਫਿਰ ਗੱਡੀ ਤੁਰੀ ਆ, ਜਾ ਕੇ ਅਤੇ ਲਾਹੌਰ 'ਚ ਹੈ ਸ਼ਾਹਦਰਾ, ਉੱਥੇ ਆ ਕੇ ਗੱਡੀ ਉਹਨਾਂ ਰੋਕ ਲਈ ਆ, ਉੱਥੇ ਗੱਡੀ ਰੁਕ ਗਈ ਆ।
ਉਹਨਾਂ ਪਾਣੀ ਪੂਣੀ ਦੇ ਵਿੱਚ ਜ਼ਹਿਰ ਜ਼ਹੂਰ ਪਾ ਤਾ ਹਰ ਇੱਕ ਜਗ੍ਹਾ 'ਤੇ, ਅਤੇ ਸਾਡੇ ਐਲਾਨ ਕਰ ਦਿੱਤਾ ਵੀ ਕਿ ਬਾਹਰੋਂ ਪਾਣੀ ਨਾ ਪੀਓ, ਜ਼ਹਿਰ ਪਾਇਆ ਜੇ ਕੋਈ ਪਾਣੀ ਨਾ ਪੀਓ। ਤੁਹਾਡੇ ਜਥੇ ਦੇ ਵਿੱਚ ਜਿਹੜੇ ਕੋਈ ਬੰਦੇ ਹਾਂ ਉਹਨਾਂ ਦੱਸਿਆ, ਅਤੇ ਉਹ ਮੁਸਲਮਾਨ ਸੀ ਜਿਹੜੇ ਉਹਨਾਂ ਕੀਤਾ ਵੀ ਸਾਰੇ ਫਿਰ ਕੇ ਆਖਣ ਲੱਗੇ ਵੀ ਜਿਹਦੇ ਕੋਈ ਹਥਿਆਰ ਹੈਗਾ ਉਹ ਥੱਲੇ ਸੁੱਟ ਦਿਓ ਗੱਡੀ 'ਚੋਂ, ਕਿਸੇ ਕੋਈ ਕਿਰਪਾਨ ਆ ਸੋਟਾ ਜੋ ਵੀ ਕੁਛ ਹੈਗਾ ਥੱਲੇ ਸੁੱਟ ਦਿਓ, ਅਸੀਂ ਤਲਾਸ਼ੀ ਕਰਨੀ ਆ, ਜੇ ਕਿਸੇ ਕੋਈ ਨਿਕਲਿਆ ਤਾਂ ਅਸੀਂ ਉਸੇ ਵੀ ਮਾਰ ਦੇਣਾ ਉਹਨੂੰ। ਤੋ ਡਰਦਿਆਂ ਨੇ ਜਦ ਕੋਈ ਕਿਰਪਾਨ ਸੀ ਉਹ ਵੀ ਸੁੱਟ ਦਿੱਤੀ, ਕਿਸੇ ਕੋਲ ਜੋ ਕੁਛ ਹੀ ਹੈ ਸੀ ਹਥਿਆਰ ਉਹ ਨਾ ਬਾਹਰ ਸੁੱਟ ਦਿੱਤੇ, ਅਤੇ ਉੱਥੇ ਗੱਡੀ ਰੁਕੀ ਰਹੀ। ਗਰਮੀ ਬਹੁਤ ਜ਼ਿਆਦਾ ਸੀ, ਇੰਨੀ ਗਰਮੀ ਸੀ ਜਦ ਸਾਹ ਕੋਈ ਦੇ ਪਾਣੀ ਕੋਈ ਨਾ ਮਿਲੇ, ਅਤੇ ਲੋਕ ਤਰਾਸ ਤਰਾਸ ਕਰ ਰਹੇ ਸੀ। ਸਾਡੇ ਵੀ ਇੱਕ ਮੇਥੋਂ ਛੋਟਾ ਮੇਰਾ ਭਰਾ ਸੀ, ਉਹਨੂੰ ਘਬਰਾ ਪੈ ਗਿਆ, ਅਤੇ ਮੇਰੇ ਬਾਪ ਨੇ ਬਨੈਣ ਲਾ ਕੇ ਬੁੜਕੇ ਦੀ ਭਰੀ ਉਹਦੇ ਮੂੰਹ 'ਚ ਨਿਚੋੜੀ ਆ, ਅਤੇ ਉਹਨੂੰ ਥੋੜ੍ਹਾ ਜਿਹਾ ਪਾਣੀ ਦਾ ਅਸਰ ਹੋਇਆ ਅਤੇ ਉਹ ਠੀਕ ਹੋਇਆ। ਅਤੇ ਇਸ ਤਰ੍ਹਾਂ ਕਰਕੇ ਸਾਰਾ ਫਿਰ ਸ਼ਾਮ ਦੇ ਟਾਈਮ 'ਤੇ ਥੋੜ੍ਹੀ ਥੋੜ੍ਹੀ ਬੂੰਦਾਬਾਂਦੀ ਹੋਣੀ ਸ਼ੁਰੂ ਹੋ ਗਈ, ਸਾਉਣ ਦਾ ਮਹੀਨਾ ਸੀ, ਬਰਸਾਤ ਮਾੜੀ ਮਾੜੀ ਹੋਣੀ ਸ਼ੁਰੂ ਹੋ ਗਈ। ਫਿਰ ਦੁਨੀਆ ਨੂੰ ਬੜੀ ਤਰਾਸ ਹੋਈ, ਠੀਕ ਠਾਕ ਹੋਏ ਉਹ। ਅਤੇ ਉੱਥੋਂ ਫਿਰ ਜਦੋਂ ਸਾਨੂੰ ਤਾਂ ਡਰ ਪੈ ਗਿਆ ਸੀ ਸਾਰਿਆਂ ਨੂੰ ਵੀ ਇਹਨਾਂ ਗੱਡੀ ਮਾਰ ਦੇਣੀ ਆ, ਕੋਈ ਉਹ ਸੀ ਇਹਨਾਂ ਰੋਕੀ ਆ ਜਿਹੜੀ ਗੱਡੀ ਮਾਰ ਦੇਣੀ ਆ। ਅਤੇ ਉਹ ਕੁਦਰਤ ਮਹਾਰਾਜ ਹੀ ਉੱਥੇ ਫਿਰ ਜਦੋਂ ਇੱਧਰ ਹਿੰਦੁਸਤਾਨ ਨੂੰ ਪਤਾ ਲੱਗਾ ਵੀ ਗੱਡੀ ਰੋਕੀ ਆ, ਅਤੇ ਇੱਥੋਂ ਫਿਰ ਆਪਣੇ ਮਿਲਟਰੀ ਗਈ ਆ, ਗੋਰਖਾ ਮਿਲਟਰੀ ਗਈ ਆ, ਉਹਨੇ ਜਾਂਦਿਆਂ ਹੀ ਇੱਕਦਮ ਗੱਡੀ ਦੇ ਚਾਰ ਸ਼ੇਰੇ ਘੇਰਾ ਪਾ ਲਿਆ, ਅਤੇ ਮੁਸਲਮਾਨ ਉੱਥੋਂ ਭੱਜ ਗਏ ਨੇ ਸਾਰੇ। ਇਹ ਲਾਹੌਰ ਦੀ ਗੱਲ ਨਹੀਂ, ਸ਼ਾਹਦਰਾ ਦੀ। ਅਤੇ ਉਹ ਜਿਸੇ ਆ ਗਏ ਨੇ ਫਿਰ ਉੱਥੇ ਘੰਟਾ ਕੁ ਰਹੇ ਨੇ, ਅਤੇ ਨਾਲ ਉਹਨਾਂ ਇੰਜਣ ਮੰਗਾ ਲਿਆ, ਅਤੇ ਫਿਰ ਸ਼ਾਮ ਦੇ ਟਾਈਮ 'ਤੇ ਉੱਥੋਂ ਫਿਰ ਅਸੀਂ ਤੁਰੇ ਹਾਂ। ਉੱਥੋਂ ਫਿਰ ਜਾਂ ਤੁਰੇ ਹਾਂ ਅਤੇ ਫਿਰ ਰਾਹ 'ਚ ਗੱਡੀ ਨਹੀਂ ਖਲੋਤੀ, ਲਾਹੌਰ ਆ ਕੇ ਐਵੇਂ ਮਿੰਟ ਦਾ ਮਿੰਟ ਖਲੋ ਕੇ ਉਸੇ ਵੇਲੇ ਤੁਰ ਪਈ ਆ, ਅਤੇ ਜਾ ਕੇ ਫਿਰ ਅਟਾਰੀ ਖਲੋਤੀ ਆ। ਦੱਸਦੇ ਨੇ ਕਿ ਉਹਨਾਂ ਸਮੇਂ ਦੇ ਵਿੱਚ ਬੜੇ ਧੀਆਂ ਭੈਣਾਂ ਦੀ ਬੇਪਤੀ ਹੋਈ, ਬੜੇ ਬੇਦੋਸ਼ੇ ਲੋਕ ਜਿਹੜੇ ਆ ਉਹ ਸ਼ਰਾਰਤੀ ਲੋਕਾਂ ਨੇ ਕਤਲੋਗਾਰਤ ਕਰਕੇ ਮਾਰ ਦਿੱਤੇ ਗਏ। ਤੁਸੀਂ ਵੀ ਇੱਦਾਂ ਦਾ ਕੋਈ ਵੇਖਿਆ ਕਿਤੇ ਮਜਰ ਕਿਤੇ, ਜਾਂ ਕਿਤੇ ਲਾਸ਼ਾਂ ਪਈਆਂ ਹੋਣ, ਜਾਂ ਕਿਤੇ ਕੋਈ ਇੱਦਾਂ ਦੀ? ਨਹੀਂ, ਅਸੀਂ ਇੱਧਰ ਆ ਕੇ ਵੇਖੇ ਨੇ ਮੁਸਲਮਾਨੀਆਂ ਦੀਆਂ ਲਾਸ਼ਾਂ। ਕਿੱਥੇ? ਜਦੋਂ ਅਸੀਂ ਸਾਡਾ ਇੱਥੇ ਆ ਗਿਆ ਸੀ ਅੰਮ੍ਰਿਤਸਰੋਂ ਡੇਰੇ ਆਏ ਸਾਂ, ਡੇਰਾ ਬਾਬਾ ਨਾਨਕ ਹੈ, ਉੱਥੋਂ ਫਿਰ ਅਸੀਂ ਸਿਰਫ ਸਾਡਾ ਟੱਬਰ ਹੀ ਸੀ, ਬਾਕੀ ਸਾਰਾ ਜਿਹੜਾ ਨਾ ਇਹ ਨਹੀਂ ਸੀ। ਉਹ ਅੰਮ੍ਰਿਤਸਰੋਂ ਜਿਹਨੂੰ ਗੱਡੀ ਕੋਈ ਮਿਲੀ ਜਿੱਧਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਸਾਰੇ ਜਾਣ ਜੂਣ ਲਾ ਵਾਸਤੇ, ਅਤੇ ਅਸੀਂ ਡੇਰੇ ਆਏ ਅਤੇ ਡੇਰਿਓਂ ਵੀ ਫਿਰ ਅਸੀਂ ਉੱਥੋਂ ਨਾ ਰਾਤ ਸਵੇਰੇ ਤੁਰੇ ਹਾਂ। ਜਦੋਂ ਉਹ ਸੜਕੇ ਆਉਂਦੇ ਹਾਂ ਅਤੇ ਉਹਦੇ ਦੋਵੇਂ ਪਾਸੇ ਵੇਖਿਆ ਅਤੇ ਮੁਸਲਮਾਨਾਂ ਦੀਆਂ ਲਾਸ਼ਾਂ ਬੜੀਆਂ ਪਈਆਂ ਅਤੇ ਬੋ ਮਾਰਨ ਲਈਆਂ ਸੀ, ਬਹੁਤ ਲਾਸ਼ਾਂ ਇਸ ਤਰ੍ਹਾਂ ਪਈਆਂ ਸੀ। ਅਤੇ ਉਹ ਅਸੀਂ ਰਾਹ 'ਚ ਵਹਿੰਦੇ ਆਏ ਹਾਂ ਥੋੜ੍ਹੀ, ਅਤੇ ਫਿਰ ਅਸੀਂ ਭਾਗੋ ਵਾਲੇ ਆਏ ਹਾਂ। ਮਨੁੱਖਤਾ ਦਾ ਕਤਲ ਹੋਇਆ ਉਸ ਟਾਈਮ। ਦੇਖੋ ਕਿੱਦਾਂ ਦਾ ਸਮਾਂ ਕਿ ਜਿਸ ਮੁਲਕ ਦੀ ਆਜ਼ਾਦੀ ਵਾਸਤੇ ਹਿੰਦੂ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਜਦੋਂ ਯਾਦ ਕੀਤੀ, ਸੰਘਰਸ਼ ਕੀਤਾ, ਅਤੇ ਮੁਲਕ ਦੀ ਆਜ਼ਾਦੀ ਹੋ ਗਈ 15 ਅਗਸਤ 1947 ਨੂੰ। ਅਤੇ 15 ਅਗਸਤ 1947 ਆਜ਼ਾਦੀ ਤੋਂ ਬਾਅਦ ਤਾਂ ਲਗਾਤਾਰ ਚਾਹੀਦਾ ਸੀਗਾ ਕਿ ਖੁਸ਼ੀਆਂ ਅਤੇ ਖੇੜੇ ਮਨਾਏ ਜਾਂਦੇ, ਪਰ ਉਸ ਆਜ਼ਾਦੀ ਦਾ ਐਲਾਨ ਹੁੰਦਿਆਂ ਕਤਲੋ ਘਰ ਦਾ ਦੌਰ ਸ਼ੁਰੂ ਹੋ ਗਿਆ, ਸ਼ਰਾਰਤੀ ਲੋਕਾਂ ਨੇ ਅਫਰਾ ਤਫਰੀ ਸਮਾਜ ਬਣਾਤੀ। ਦੇਖੋ ਜਿਸ ਸ਼ਹੀਦ ਨੇ, ਸ਼ਹੀਦ ਭਾਈ ਲਛਮਣ ਸਿੰਘ ਜੀ, ਉਹਨਾਂ ਨੇ ਸਾਡਾ ਜਨਮ ਸਥਾਨ ਗੁਰੂ ਨਾਨਕ ਸਾਹਿਬ ਜੀ ਦਾ ਉਸ ਨੂੰ ਆਜ਼ਾਦ ਕਰਨ ਵਾਸਤੇ ਜਥੇ ਦੀ ਅਗਵਾਈ ਕੀਤੀ। ਅਖੀਰ ਬੜੀ ਵੱਡੀ ਉੱਥੇ ਸ਼ਹੀਦੀ ਵੱਡੀ ਤਾਦਾਦ 'ਤੇ ਸ਼ਹੀਦੀਆਂ ਹੋਈਆਂ ਅਤੇ ਸ਼ਹੀਦ ਭਾਈ ਲਛਮਣ ਸਿੰਘ ਜੀ ਨੂੰ ਜਿੰਦਾ ਸ਼ਹੀਦ ਕਰਤਾ ਗਿਆ। ਸਮਾਂ ਦੇਖੋ ਕਿ ਉਹਨਾਂ ਦੀ ਧਰਮ ਪਤਨੀ ਮਾਤਾ ਇੰਦਰ ਕੌਰ ਅਤੇ ਇਹ ਉਹਨਾਂ ਦਾ ਪਰਿਵਾਰ, ਉਹਨਾਂ ਦੇ ਭਰਾ ਦੇ ਪੋਤਰੇ ਸਮੇਤ ਉਹਨਾਂ ਨੂੰ ਉੱਥੇ ਵੀ ਉਹ 1947 ਦੀ ਜੰਦਰੀ ਵੰਡ ਵੇਲੇ ਦਾ ਸ਼ਿਕਾਰ ਹੋਣਾ ਪਿਆ ਅਤੇ ਇੱਧਰਲੇ ਬਣੇ ਬੜੀ ਮੁਸ਼ਕਲ ਹਾਲਾਤਾਂ ਆਏ ਨੇ। ਦੱਸ ਰਹੇ ਨੇ ਕਿ ਇਹਨਾਂ ਦੇ ਭਰਾ ਦਾ ਘਬਰਾਹਟ ਪੈ ਗਈ ਉਹਨੂੰ ਗਰਮੀ ਨਾਲ, ਅਤੇ ਇਹਨਾਂ ਦੇ ਪਿਤਾ ਜੀ ਨੇ ਮੁੜਕਾ ਨਿਚੋੜ ਕੇ ਉਹ ਬੱਚੇ ਆਪਣੇ ਦੇ ਮੂੰਹ 'ਚ ਪਾਇਆ, ਪਾਣੀ ਵੀ ਨਸੀਬ ਨਹੀਂ ਹੋਇਆ। ਇਹ ਨਹੀਂ ਕਿ ਸਾਰੇ ਲੋਕ ਮੁਸਲਮਾਨ ਭਾਈਚਾਰੇ ਮਾੜੇ ਸਨ, ਕੁਛ ਸ਼ਰਾਰਤੀ ਲੋਕਾਂ ਨੇ ਇਸ ਤਰ੍ਹਾਂ ਦਾ ਕੀਤਾ ਸੀਗਾ, ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਬੜੀ ਤੰਗੀ ਹੋਈ ਪੰਜਾਬੀਆਂ ਦੀ ਕੌਮ ਨੂੰ, ਬੜਾ ਵੱਡਾ ਸੰਤਾਪ ਭੁਗਤਣਾ ਪਿਆ ਦੇਸ਼ ਦੀ ਆਜ਼ਾਦੀ ਦੀ ਵੰਡ ਵੇਲੇ। ਇਹ ਜਦੋਂ ਤੁਸੀਂ ਉੱਥੋਂ ਤੁਰੇ ਹੋ,
ਤੇ ਬੜਾ ਔਖੀ ਗੱਲ ਹੁੰਦੀ ਆ ਉੱਥੇ ਆਪਣਾ ਘਰ ਛੱਡਣਾ, ਤੇ ਇਹ ਤੁਹਾਡਾ ਕਦੇ ਜੀ ਕੀਤਾ ਮਨ ਕਰਦਾ ਜਾਣ ਉੱਥੇ? ਨਹੀਂ ਜੀ, ਜੀ ਤਾਂ ਕਰਦਾ ਹੀ ਨਹੀਂ ਸੀ ਉੱਥੋਂ ਜਾਣ ਆਉਣ ਵਾਸਤੇ। ਇਹ ਤਾਂ ਫਿਰ ਜਦੋਂ ਪਹਿਲਾਂ ਤਾਂ ਉੱਠਿਆ ਹੀ ਨਹੀਂ ਸਾਡਾ ਪਿੰਡ, ਭਈ ਵੰਡ ਹੋ ਗਈ ਆ ਅਤੇ ਸਰਕਾਰਾਂ ਬਣ ਜਾਣੀਆਂ ਨੇ ਅਤੇ ਇੱਧਰ ਉੱਧਰ ਕਿੰਨੇ ਜਾਣਾ। ਅਤੇ ਜਦੋਂ ਫਿਰ ਉਹ ਕਤਲੇਆਮ ਵੇਖਿਆ ਸਾਡਾ ਬੰਦਾ ਮਰ ਗਿਆ, ਲਾਗਲੇ ਪਿੰਡ ਜਿਹੜੇ ਸੀ ਉੱਠ ਕੇ ਚਲੇ ਗਏ ਪਤਾ ਲੱਗਾ, ਅਤੇ ਫਿਰ ਮਜ਼ਬੂਰੀ ਫਿਰ ਸਾਨੂੰ ਵੀ ਉੱਥੋਂ ਉੱਠਣਾ ਪਿਆ। ਅਤੇ ਉੱਠ ਕੇ ਫਿਰ ਇਸ ਤਰ੍ਹਾਂ ਬਾਹਰ ਨਿਕਲੇ ਹਾਂ ਅਤੇ ਆਏ। ਕਹਿੰਦਾ ਦਿਲ ਤਾਂ ਕਰਦਾ ਨਹੀਂ ਸੀ ਇੰਨਾ ਕੋਈ ਸਾਰਾ ਘਰ ਬਾਹਰ ਛੱਡ ਕੇ ਨਿਕਲਣਾ, ਬੜਾ ਔਖਾ ਹੁੰਦਾ ਆ। ਅਤੇ ਬੜੀ ਮੁਸ਼ਕਲ ਦੇ ਨਾਲ ਫਿਰ ਉੱਥੋਂ ਨਿਕਲ ਕੇ ਆਏ ਹਾਂ। ਇਹ ਮਾਤਾ ਜੀ ਜਦੋਂ ਉੱਥੋਂ ਆਏ ਨੇ ਅਤੇ ਤੁਸੀਂ ਨਾਲ ਸੀਗੇ, ਅਤੇ ਮਾਤਾ ਜੀ ਦਾ ਕੀ ਰਵੱਈਆ ਸੀ ਰਾਤ ਵਿੱਚ, ਕੀ ਕੀ ਸਿੱਖਿਆ ਦਿੰਦੇ ਸਨ? ਉਹਨਾਂ ਦਾ ਸਿੱਖਿਆ ਇਹ ਸੀਗਾ ਕਿ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅੰਮ੍ਰਿਤ ਛਕਿਆ ਸੀਗਾ, ਲਾਸਟ ਟਾਈਮ ਤੱਕ ਉਹਨਾਂ ਦਾ ਗਾਤਰਾ ਐਵੇਂ ਦੇ ਰਿਹਾ। ਅਟਾਰੀ ਆ ਗਏ ਆ, ਜਿਸ ਤਰ੍ਹਾਂ ਦਲਬ ਸਿੰਘ ਨੇ ਦੱਸਿਆ, ਜਿੱਥੇ ਜਿੱਥੇ ਕਿਸੇ ਦੀ ਰਿਸ਼ਤੇਦਾਰੀ ਹੈ ਉਹ ਰਿਸ਼ਤੇਦਾਰ ਉੱਥੇ ਪਹੁੰਚੇ ਸਨ। ਜਿਸ ਤਰ੍ਹਾਂ ਅਸੀਂ ਆ, ਅਸੀਂ ਅਟਾਰੀ ਆਏ ਤੇ ਸਾਡੇ ਉੱਥੇ ਮਾਤਾ ਜੀ ਦੇ ਮਾਮੇ ਦੀ ਧੀ ਸੀ ਜੀ ਲਾਗੇ, ਉੱਥੇ ਉਹ ਪਹੁੰਚੇ ਸੀ, ਸਾਨੂੰ ਉਹਨਾਂ ਉੱਥੇ ਤਾਰ ਲਿਆ। ਮਾਤਾ ਜੀ ਦਾ ਕੀ ਕਹਿੰਦੇ ਸਨ? ਜੋ ਬੜਾ ਮਾਹੌਲ ਮਾੜਾ ਸੀਗਾ, ਕਤਲੋਗਰ ਦਾ ਮਾਹੌਲ ਸੀ, ਮੌਤ ਪੈਰ ਪੈਰ ਦੇ ਜਿਹੜੀ ਉਹ ਤੁਰੀ ਫਿਰਦੀ ਸੀ ਜਥੇ ਦੁਆਲੇ, ਅਤੇ ਮਾਤਾ ਜੀ ਕੀ ਕਹਿੰਦੇ ਸਨ ਤੁਹਾਨੂੰ? ਮਾਤਾ ਜੀ ਇਹ ਆ ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਇਹ ਸਾਰਿਆਂ ਨਾਲ ਬਣੀ ਆ, ਕਿ ਇੱਕ ਨਾਲ ਨਹੀਂ ਕਿ ਇੱਕ ਘਬਰਾ ਰਹੀ ਆ, ਕਿਸ ਤਰ੍ਹਾਂ ਇਹ ਦੇਸ਼ ਦੀ ਵੰਡ ਹੋਈ ਹੈ ਅਤੇ ਘਬਰਾਉਣ ਦੀ ਲੋੜ ਨਹੀਂ। ਅਤੇ ਤੁਸੀਂ ਪਰਮਾਤਮਾ ਦਾ ਨਾਮ ਲਓ? ਪਰਮਾਤਮਾ ਦਾ ਨਾਮ। ਠੀਕ ਜੀ, ਇਹ ਬੈਠੇ ਨੇ ਉਹਨਾਂ ਦੇ ਵੱਡੇ ਭਾਈ ਊਧਮ ਸਿੰਘ ਦਾ ਪੋਤਰਾ ਜੀ, ਇਹ ਦੋਨੇ ਨੇ ਸ਼ਹੀਦ ਭਾਈ ਲਛਮਣ ਸਿੰਘ ਜੀ ਦੇ ਵੱਡੇ ਭਰਾ ਦੇ। ਮਾਤਾ ਜੀ ਜਿਹੜੇ ਨੇ ਇੱਧਰਲੇ ਪਾਸੇ ਆਣ ਕੇ ਇਹਨਾਂ ਦੇ ਕੋਲ ਰਹੇ ਨੇ, ਇਹਨਾਂ ਦੇ ਘਰ ਦੇ ਵਿੱਚ ਅਜੇ ਉਹ ਕਮਰਾ ਵੀ ਮੌਜੂਦ ਆ, ਜਿਸ ਕਮਰੇ ਦੇ ਵਿੱਚ ਮਾਤਾ ਜੀ ਬੜਾ ਲੰਬਾ ਸਮਾਂ ਆਪਣਾ ਅਖੀਰੀ ਸਵਾਸ ਤੱਕ ਜਿਹੜਾ ਉਹਨਾਂ ਨੇ ਆਪਣਾ ਰਹਿਣ ਬਸੇਰਾ ਰੱਖਿਆ। ਜਿਸ ਵਿੱਚ ਮਾਤਾ ਜੀ ਦੇ ਹੱਥਾਂ 'ਚ ਖੇਡਣ ਦਾ, ਉਹਨਾਂ ਦੇ ਸੇਵਾ ਕਰਨ ਦਾ, ਉਹਨਾਂ ਨਾਲ ਉਹਨਾਂ ਦੇ ਚਰਨਾਂ 'ਚ ਰਹਿਣ ਦਾ ਇਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ। ਇਹਨਾਂ ਮਾਤਾ ਜੀ ਦਾ ਕੀ ਰਵੱਈਆ ਸੀਗਾ ਜੀ? ਬਹੁਤ ਵਧੀਆ ਸੀਗਾ, ਚੰਗਾ ਸੀ, ਸਾਰਿਆਂ ਨੂੰ ਬੱਚਿਆਂ ਨੂੰ ਪਿਆਰ ਕਰਦੇ, ਵਧੀਆ ਸੁਭਾਗ ਸੀਗਾ। ਅਤੇ ਇੱਥੇ ਮਾਤਾ ਜੀ ਤੁਹਾਡੇ ਘਰ ਰਹੇ ਨੇ, ਅਤੇ ਜਿਹੜਾ ਅੰਤਿਮ ਸਮਾਂ ਮਾਤਾ ਜੀ ਦਾ ਉਹ ਵੀ ਇੱਥੇ ਹੀ ਹੋਇਆ, ਸਾਡੀ ਬਰਾਦਰੀ ਜੀ ਇੱਥੇ ਹੀ, ਮਤਲਬ ਤੁਹਾਡੇ ਘਰ ਹੀ ਹੋਇਆ? ਹਾਂਜੀ ਹਾਂਜੀ। ਅਤੇ ਇਹ ਜਦੋਂ ਉੱਥੋਂ ਤੁਹਾਡੇ ਜਦੋਂ ਪਰਿਵਾਰ ਆਏ ਨੇ, ਬੜਾ ਔਖਾ ਸਮਾਂ ਆਇਆ, ਅਤੇ ਉਹ ਤੁਸੀਂ ਮਾਤਾ ਜੀ ਕੀ ਯਾਦ ਕਰਦੇ ਹੁੰਦੇ ਸਨ ਆਪਣੇ ਪਿੰਡ ਨੂੰ ਪਿਛਲੇ ਨੂੰ? ਯਾਦ ਤਾਂ ਅਸੀਂ ਵੀ ਕਰਦੇ ਹਾਂ, ਉਹ ਵੀ ਕਰਦੇ ਸੀਗੇ, ਯਾਦ ਤਾਂ ਸਾਰਿਆਂ ਨੂੰ ਆਉਂਦਾ ਸੀ ਨਾ, ਜਿੱਥੇ ਜੰਮੇ ਪਲੇ ਰਹੇ ਇੰਨਾ ਚਿਰ, ਵਧੀਆ ਸੀ ਉਹ ਤਾਂ ਹੁੰਦਾ ਹੀ ਆ, ਯਾਦ ਤੁਹਾਨੂੰ ਪਤਾ ਜੀ ਹੈ ਜਿੱਥੇ ਭਟਕਿਆ। ਹਾਂਜੀ, ਜਿੱਥੇ ਰਹੇ ਸਾਰੇ ਇੰਨਾ ਚਿਰ, ਇੰਨੀ ਉਮਰ ਸੀ, ਬੱਚੇ ਵੀ ਯਾਦ ਕਰ, ਸਾਨੂੰ ਵੀ ਯਾਦ ਬੜੀ ਆਉਂਦੀ ਸੀ, ਹੁਣ ਵੀ ਜੀ ਕਰਦਾ ਵੀ ਅਸੀਂ ਵੇਖੀਏ ਕਿਤੇ, ਥੋੜ੍ਹੀ ਹੋਸ਼ ਤਾਂ ਹੈ ਹੀ ਆ ਨਾ, ਵੀ ਜਿੱਥੇ ਅਸੀਂ ਖੇਡੇ ਨਸੇ। ਹਾਂ ਬਿਲਕੁਲ ਬਿਲਕੁਲ, ਸਮਾਂ ਇਹੋ ਜਿਹਾ ਨਹੀਂ ਬਣਿਆ ਕਿ ਤੁਹਾਨੂੰ ਉੱਥੇ ਜਾਣ ਦਾ, ਉੱਥੇ ਤੁਸੀਂ ਆਪਣੇ ਪਿੰਡ ਪੀੜ ਵੇਖਦੇ ਕੋਈ? ਨਹੀਂ ਕੋਈ ਬਣਿਆ ਨਹੀਂ, ਗੇੜੇ ਤਰ੍ਹਾਂ ਦਾ ਤਾਂ ਜੀ ਤਾਂ ਕਰਦਾ ਰਹਿੰਦਾ ਨਾ, ਵੀ ਕਿਸ ਤਰ੍ਹਾਂ ਹੋ ਆਈ ਯਾਰ। ਇਹ ਬੜਾ ਖਤਰਨਾਕ ਸਮਾਂ ਦੇਖਿਆ ਉਹਨਾਂ ਨੇ। ਅੱਛਾ ਦੱਸੋ, ਤੁਸੀਂ ਦੱਸੋ ਜੀ, ਮਾਤਾ ਜੀ ਦਾ ਤੁਸੀਂ ਨੇੜਿਓਂ ਦਰਸ਼ਨ ਵੀ ਕੀਤੇ ਆ, ਉਹਨਾਂ ਦਾ ਤੁਸੀਂ ਖੇਡਦੇ ਵੇ ਲਾ ਕੇ ਚਰਨਾਂ 'ਚ? ਮਾਤਾ ਜੀ ਨਾ ਮਾਸਟਰਾਂ ਦੇ ਘਰ ਨੇੜੇ। ਅੱਛਾ, ਇਹਨਾਂ ਦੇ ਘਰ? ਹਾਂ ਜੀ। ਅੱਛਾ ਜੀ। ਅਤੇ ਖਾਸ ਸਾਡੇ ਵਿੱਚ ਕੰਧ ਕੁੰਧਾ ਨਹੀਂ। ਅੱਛਾ ਜੀ। ਅਤੇ ਇਕੱਠੇ ਰਹਿੰਦੇ ਆ ਸਾਰੇ, ਇੱਕੋ ਫੈਮਿਲੀ, ਬਹੁਤ ਚੰਗਾ ਸੁਭਾਅ ਹੈਗਾ, ਸਾਰਾ ਪਿਆਰ ਕਰਦੇ। ਹਾਂਜੀ। ਅਤੇ ਕੋਈ ਤੁਹਾਡਾ ਆਪਣਾ ਪਿਛਲਾ ਪਿੰਡ ਵੇਖਣ ਨੂੰ ਦਿਲ ਕਰਦਾ? ਕਰਦਾ ਤਾਂ ਹੈ, ਪਰ ਕੋਈ ਜਗਾੜ ਨਹੀਂ ਬਣਿਆ ਜਾਂਦਾ। ਹਾਂਜੀ, ਜਾਣਦਾ ਜਗਾੜ ਨਹੀਂ ਬਣਿਆ ਸਾਡਾ। ਇਹ ਜਦੋਂ ਉੱਥੋਂ ਤੁਰੇ ਨੇ, ਜਦੋਂ ਉੱਥੋਂ ਆਪਣਾ ਪਿੰਡ ਛੱਡਿਆ ਤੁਸੀਂ ਧਾਰੋਵਾਲੀ, ਅਤੇ ਇਸ ਤੋਂ ਬਾਅਦ ਕਦੀ ਕੋਈ ਇਹੋ ਜਿਹਾ ਮਾਤਾ ਜੀ ਯਾਦ ਕਰਦੇ ਰਹਿੰਦੇ ਹੋਣਗੇ ਕਿ ਆਪਾਂ ਪਿੰਡ ਬਾਰੇ ਕੋਈ ਪਿੰਡ ਬਾਰੇ ਗੱਲ ਕਰਦੇ ਸੀ? ਪਿੰਡ ਵਾਲੇ ਕਰਦੇ ਗੱਲ ਇਹੋ ਕਰਦੇ ਸੀ, ਅਸੀਂ ਰਹਿੰਦੇ ਹਾਂ ਅਤੇ ਬੜਾ ਸੁੱਖ ਸੀਗਾ, ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ ਅਤੇ ਬੜੇ ਖੁਸ਼ ਰਹੀਦਾ ਸੀ, ਆਪਸ ਮੇਲ ਮਿਲਾਪ ਬੜਾ ਸੀ ਸਾਡਾ ਪੂਰੇ ਪਰਿਵਾਰ ਦਾ ਹੀ,
ਜਿੰਨੇ ਸਾਰੇ ਪਰਿਵਾਰ ਬੜਾ ਆਪਸ ਵਿੱਚ ਪਿਆਰ ਸੀਗਾ। ਜਿਹੜਾ ਮਾਹੌਲ ਸੀਗਾ ਤੁਸੀਂ ਦੇਖਿਆ, ਉਹ ਅਜੇ ਤੱਕ ਤਾਂ ਨਹੀਂ ਭੁੱਲਦਾ ਕੋਈ? ਨਹੀਂ ਭੁੱਲਦਾ ਆਪਣਾ ਪਿੰਡ 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 ਜਿਹੜਾ, ਹਾਂਜੀ ਉਹ ਅਜੇ ਵੀ ਸਾਰਾ ਅੱਖਾਂ ਸਾਹਮਣੇ ਆਉਂਦਾ, ਕਿੱਥੇ ਘਰ ਸੀ, ਕਿੱਥੇ ਸਕੂਲ ਸੀ, ਕਿੱਥੇ ਸਾਡਾ ਗੁਰਦੁਆਰਾ ਸੀ, ਉਹ ਅਜੇ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ। ਹਾਂਜੀ, ਅਤੇ ਜੇ ਤੁਹਾਨੂੰ ਕੋਈ ਮੌਕਾ ਮਿਲ ਜਾਵੇ ਤਾਂ ਤੁਸੀਂ ਆਪਣਾ ਘਰ ਪਛਾਣ ਸਕਦੇ ਹੋ? ਹਾਂ, ਪਛਾਣ ਸਕਦੇ ਹਾਂ, ਘਰ ਤਾਂ ਬਦਲ ਗਏ ਨੇ ਪਰ ਵੈਸੇ ਪਛਾਣ ਸਕਦੇ ਨੇ, ਇੱਥੇ ਸਾਡਾ ਘਰ ਸੀ। ਮੈਨੂੰ ਸਾਰਿਆਂ ਘਰਾਂ ਦਾ ਪਤਾ, ਇਹਨਾਂ ਦਾ ਇਹਨਾਂ ਦੇ ਘਰਾਂ ਦਾ ਪਤਾ ਸਾਰਿਆਂ ਦਾ, ਆਪਣੇ ਦਾ ਭਾਈ, ਕਿੱਥੇ ਕਿੱਥੇ ਇਹਨਾਂ ਦੇ ਸਾਰੇ ਘਰ ਸੀਗੇ ਆਪਣੇ, ਮੈਨੂੰ ਸਾਰਿਆਂ ਦਾ ਪਤਾ, ਮੈਂ ਸਾਰੇ ਦੱਸ ਸਕਦਾ ਉੱਥੇ ਵੀ ਮੈਂ ਆਹ ਘਰ ਫਲਾਣੇ ਦਾ ਸੀ, ਆਹ ਫਲਾਣੇ ਦਾ। ਹਾਂਜੀ, 70 ਸਾਲ ਦਾ ਸਮਾਂ ਬੀਤ ਗਿਆ, ਇਹਨਾਂ ਬਜ਼ੁਰਗਾਂ ਨੂੰ ਆਪਣਾ ਪਿੰਡ ਪੀਰ ਜਿਹੜਾ ਦੱਸ ਰਹੇ ਨੇ ਵੀ ਐਨ ਸਾਡੇ ਅੱਖਾਂ ਸਾਹਮਣੇ ਆ ਜਾਂਦਾ, ਔਰ ਪਿੰਡ ਆਪਣਾ ਵੇਖਣ ਦੀ, ਆਪਣਾ ਵੜਕਿਆਂ ਦੀ ਜੰਮਣ ਪਏ ਵੇਖਣ ਦੀ ਇਹਨਾਂ ਦਾ ਮਨ ਤਰਸਦਾ, ਬੜਾ ਔਖਾ ਸਮਾਂ ਵੇਖਿਆ ਇਹਨਾਂ ਲੋਕਾਂ ਨੇ। ਦੇਸ਼ ਦੀ ਵੰਡ ਕਾਹਦੀ ਹੋਈ, ਪੰਜਾਬੀਆਂ ਦੀ ਆਪਸੀ ਧੜੇਬੰਦੀ ਬਣ ਗਈ, ਦੋ ਭਾਈਚਾਰਿਆਂ ਦੇ ਲੋਕਾਂ 'ਚ ਆਪਸੀ ਫੁੱਟ ਪੈ ਗਈ ਅਤੇ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਤਲ ਕੀਤਾ। ਜਿਸ ਪਰਿਵਾਰ ਦੀ ਐਡੀ ਵੱਡੀ ਸਾਡੀ ਸਿੱਖ ਜਗਤ ਨੂੰ, ਸਾਡੇ ਸਿੱਖ ਮਜ਼ਹਬ ਨੂੰ ਵਿੱਚ ਕੁਰਬਾਨੀ ਹੋਈ ਹੋਵੇ, ਉਹ ਪਰਿਵਾਰ ਨੂੰ ਵੀ ਉਸ ਚੰਦਰੀ ਵੰਡ ਦਾ ਸ਼ਿਕਾਰ ਹੋਣਾ ਪੈ ਗਿਆ। ਮਾਤਾ ਜੀ ਇੱਥੇ ਰਹੇ ਨੇ ਬੜਾ ਲੰਬਾ ਸਮਾਂ, ਇਹਨਾਂ ਦੇ ਕੋਲ ਰਹੇ ਨੇ, ਅਤੇ ਇਹ ਦੱਸਿਓ ਕਿ ਉਹਨਾਂ ਸਮੇਂ ਦੇ ਵਿੱਚ ਕੋਈ ਮਾਤਾ ਜੀ ਨੂੰ ਮਿਲਣ ਵਾਸਤੇ ਵੀ ਕੋਈ ਆਉਂਦੇ ਹੁੰਦੇ ਸੀ? ਕੋਈ ਨਹੀਂ, ਲੀਡਰ ਸਾਡਾ ਕੋਈ ਨਹੀਂ ਆਇਆ ਇੱਥੇ। ਐਡੀ ਵੱਡੀ ਕੁਰਬਾਨੀ ਇਹਨਾਂ ਦੀ, ਫਤਿਹ ਸਿੰਘ ਆਇਆ ਇੱਥੇ, ਸੰਤ ਫਤਿਹ ਸਿੰਘ ਜੀ ਨੂੰ ਕਹਿੰਦੇ, ਸੰਤ ਸਿੰਘ, ਹੋਰ ਵੀ ਇੱਕ ਦੋ ਆਏ ਨੇ। ਜਿੱਡੀ ਵੱਡੀ ਕੁਰਬਾਨੀ ਸਿੱਖ ਜਗਤ ਦੇ ਵਿੱਚ ਉਹਨਾਂ ਦੀ, ਉਹਦੀ ਵੱਡੀ ਪੱਧਰ 'ਤੇ ਉਹ ਮਨਾਇਆ ਨਹੀਂ ਜਾ ਸਕਿਆ। ਸਾਨੂੰ ਇਹ ਅਫਸੋਸ ਆ, ਐਡੀ ਵੱਡੀ ਉਹਨਾਂ ਦੀ ਕੁਰਬਾਨੀ ਹੋਵੇ ਪਰ ਸਾਡੇ ਆਗੂਆਂ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਸਾਡੇ ਪਰਿਵਾਰ ਦਾ ਅੱਜ ਤੱਕ ਪਤਾ ਹੀ ਨਹੀਂ ਲਿਆ ਵੀ ਕਿਸੇ ਹੈ ਕਿੱਥੇ ਆ ਕੇ, ਕੋਈ ਗੱਲਬਾਤ ਨਹੀਂ ਅੱਜ ਤੱਕ, ਕੋਈ ਕਿਸੇ ਨੇ ਕੀ ਕੁਛ ਨਹੀਂ ਕੀਤਾ। ਤੁਹਾਡੇ ਵੜਕੇ ਬਜ਼ੁਰਗ, ਤੁਹਾਡੇ ਦਾਦਾ ਜੀ ਦੇ ਭਾਈ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ, ਜਿਹਦਾ ਸਾਰਾ ਸਿੱਖ ਜਗ ਜਾਣਦਾ, ਪਰ ਉਹਨਾਂ ਦਾ ਜਿਹੜਾ ਪਰਿਵਾਰ ਕਿੱਥੇ ਰਹਿ ਰਿਹਾ ਜਾਂ ਮਾਤਾ ਜੀ ਕਿਸ ਥਾਂ 'ਤੇ ਰਹੇ, ਉਹ ਸਿੱਖ ਜਗਤ ਨੂੰ ਨਹੀਂ ਜੀ, ਇਹਨਾਂ ਕਿਸੇ ਨੂੰ ਸ਼੍ਰੋਮਣੀ ਕਮੇਟੀ ਨੂੰ ਪਤਾ ਨਹੀਂ ਵੀ ਉਹਨਾਂ ਪਰਿਵਾਰ ਕਿੱਥੇ ਆ, ਉਹਦੀ ਜਾਇਦਾਦ ਕਿੱਥੇ ਆ, ਅੱਜ ਤੱਕ ਕੋਈ ਕਿਸੇ ਨੇ ਪੁੱਛਿਆ ਤੱਕ ਨਹੀਂ ਗਾ। ਹਾਂਜੀ, ਜਿੰਨਾ ਤੁਸੀਂ ਆਹ ਸੋਚਣ ਲੱਗੇ ਮੇਰੇ ਦਿਮਾਗ 'ਚ ਆ ਗਈ ਹੈ, ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਸੋਚਿਆ, ਉਹ ਕੌਮ ਦਾ ਸ਼ਹੀਦ ਸੀਗਾ, ਉਹ ਕਿਸੇ ਬੰਨੇ ਵਾਸਤੇ ਜਾਂ ਜਾਤੀ ਜਾਇਦਾਦ ਵਾਸਤੇ ਨਹੀਂ ਚੁਦਿਆ, ਕਿਉਂ ਉੱਥੇ ਜਾ ਕੇ ਜਦੋਂ ਬੈਠਾ ਵਾ, ਇਹ ਥੋੜ੍ਹੇ ਜਿਹਾ ਵਿੱਚ ਛੱਡ ਗਏ ਨੇ, ਜਦੋਂ ਤਾਬਿਆ ਬੈਠਾ ਅੱਜ ਤਾਂ ਕਿ ਉਹ ਬੀੜ ਵੀ ਹੈਗੀ ਹੈ ਜਿਹਦੇ ਵਿੱਚ ਉਹਦੀ ਗੋਲੀ ਲੰਘੀ ਹੈ, ਉਹ ਹੀ ਸੰਭਾਲ ਕੇ ਰੱਖੀ ਹੈ, ਪਹਿਲਾਂ ਉਹਦੇ ਉੱਥੇ ਗੋਲੀ ਮਾਰੀ ਹੈ, ਉੱਥੋਂ ਬੈਠੇ ਨੂੰ ਜੂੜਿਓ ਭਰ ਕੇ ਧੂ ਕੇ ਫਿਰ ਛੱਡਣਾ ਬੰਦਾ, ਇੱਦਾਂ ਦੀ ਸ਼ਹੀਦੀ ਹੈ, ਉਹਦੇ ਨਾਂ ਦੀ ਸ਼ਹੀਦੀ ਅੱਜ ਤੱਕ ਅਸਾਂ ਨਹੀਂ ਹੋਰ ਸੁਣੀ। ਲੇਕਿਨ ਇਹੋ ਅਫਸੋਸ ਹੈ ਕਿ ਉਹਦੇ ਬਾਰੇ ਅੱਜ ਤੱਕ ਕਿਸੇ ਗੌਰਮੈਂਟ ਨੇ ਜਿਹੜੀ ਵੀ ਆਈ ਹੈ ਕਿਸੇ ਨੇ ਇਹ ਨਹੀਂ ਸੋਚਿਆ, ਜਿੱਡੀ ਵੱਡੀ ਉਹਨਾਂ ਸ਼ਹੀਦੀ ਕੀਤੀ ਹੈ ਉਹਨੀ ਉਹਦੇ ਨਾਂ 'ਤੇ ਯਾਦਾਤ ਜਾਂ ਕਿਸ ਤਰ੍ਹਾਂ ਉਹਦੇ ਨਾਂ 'ਤੇ ਕੋਈ ਬਣਾਉਣੀ ਉਹ ਨਹੀਂ ਬਣੀ, ਉਹਨਾਂ ਦੀ ਯਾਦਗਾਰ ਜਿਹੜੀ ਬੜੀ ਵੱਡੀ ਪੱਧਰ 'ਤੇ ਮਨਾਈ ਜਾਣੀ ਚਾਹੀਦੀ ਸੀ। ਫਿਰ ਵੀ ਇਹ 20 ਅਤੇ 21 ਫਰਵਰੀ ਨੂੰ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਅਤੇ ਜਿਹੜੇ ਉਸ ਸਾਕੇ ਦੇ ਵਿੱਚ ਸ਼ਹੀਦ ਹੋਏ ਸੀ, ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਇਹ ਆਪਣੇ ਪਿੰਡ 'ਚ ਬੜਾ ਵੱਡਾ ਇੱਕ ਧਾਰਮਿਕ ਸਮਾਗਮ ਕਰਦੇ ਆ, ਗੁਰਬਾਣੀ ਕੀਰਤਨ ਪ੍ਰਵਾਹ ਚੱਲਦਾ, ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ, ਪਰ ਉਹ ਲੋਕਲ ਇਲਾਕੇ ਦੇ ਲੋਕ ਹੀ ਆਉਂਦੇ ਨੇ ਉਹ 'ਚ ਸ਼ਾਮਿਲ ਹੁੰਦੇ ਨੇ ਅਤੇ ਉਹ ਇਹ ਉਹਨਾਂ ਦੀ ਯਾਦ ਨੂੰ ਹਰ ਸਾਲ ਮਨਾਉਂਦੇ ਨੇ। ਜਿਹੜਾ ਸਾਡਾ ਅੱਜ ਮੁਲਾਕਾਤ ਦਾ ਸਿਲਸਿਲਾ ਸੀ ਇੱਥੇ ਅਸੀਂ ਇਹਨੂੰ ਸਮਾਪਤ ਕਰਦੇ ਹਾਂ, ਇਸ ਤੋਂ ਬਾਅਦ ਤੁਹਾਨੂੰ ਫਿਰ ਕਿਸੇ ਹੋਰ ਪਿੰਡ, ਕਿਸੇ ਹੋਰ ਸ਼ਹਿਰ, ਕਿਸੇ ਹੋਰ ਗਨਾ ਲੈ ਜਾਵਾਂਗੇ ਜਿੱਥੇ ਸੰਨ 47 ਦੀ ਚੰਦਰੀ ਵੰਡ ਵੇਲੇ ਜੋ ਪੁਆੜੇ ਪਏ ਨੇ, ਜੋ ਮੌਤ ਦਾ ਤਾਂਡਵ ਨਾਚ ਹੋਇਆ ਉਸ ਸਮੇਂ ਦੇ ਵਿੱਚ, ਜਿਹੜੇ ਲੋਕ ਉਸ ਤੋਂ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਲੋਕਾਂ ਨੇ ਉਹ ਵੇਖਿਆ, ਹੰਢਾਇਆ ਆਪਣੇ ਤਨ 'ਤੇ, ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ।
धन्यवाद अजीत वैब टीवी देख रहे दर्शकों, शुक्रिया शुक्रिया, धन्यवाद जी।